ਕਹਿਣਗੇ ਜੀ ਪੰਜਾਬ ਦਿੱਲੀ ਨਾਲ ਲੱਗਦਾ ਸੀ। ਜਦੋਂ ਪੰਜਾਬ ਨੂੰ ਦਿੱਲੀ ਨਾਲ ਲਾਇਆ ਸੀ, ਪੰਜਾਬ ਦੇ ਪੱਲੇ ਉਦੋਂ ਕੀ ਸੀ? ਇਹ ਵੀ ਦੱਸੋ, ਤੁਹਾਡਾ ਪਾਣੀ ਉਦੋਂ ਗਿਆ, ਭਾਖੜਾ ਨਹਿਰ ਬਣੀ, ਭਾਖੜਾ ਡੈਮ ਬਣਿਆ ਬਣਿਆ ਕਹਿੰਦੇ ਪੰਜਾਬ ਦਾ। ਤੁਸੀਂ ਪਾਣੀ ਦਾ ਗਲਾਸ ਭਰ ਕੇ ਮੂੰਹ ਨਹੀਂ ਧੋ ਸਕਦੇ ਨਹਿਰ ਦੇ ਵਿੱਚੋਂ ਨਾ, ਅਤੇ ਕਹੀ ਜਾਣਗੇ ਸਾਡੀ ਨਹਿਰ ਹੈ, ਸਾਡਾ ਭਾਖੜਾ ਡੈਮ ਹੈ। ਹਾਂ, ਉੱਚਾ ਬਹੁਤ ਹੈ, ਛਾਲ ਮਾਰੋ, ਮਰਨਾ ਸੌਖਾ ਹੈ। ਆਪਾਂ ਤਾਂ ਅਚੀਵਮੈਂਟ ਗਿਣਦੇ ਇਹਨੂੰ ਵੀ, ਨਹਿਰੂ ਦੇ ਜ਼ਮਾਨੇ ਤੋਂ ਜੋ ਜੋ ਅਸੀਂ ਆਇਆ, ਚੰਡੀਗੜ੍ਹ ਉਦੋਂ ਬਣਿਆ, ਭਾਖੜਾ ਡੈਮ ਉਦੋਂ ਬਣਿਆ। ਕੋਈ ਚੰਡੀਗੜ੍ਹ ਬਣ ਜਾਣਾ ਕੀ ਗੱਲ, ਕਿੰਨੇ ਨਗਰ ਬਣ ਗਏ, ਅਚੀਵਮੈਂਟ ਨਹੀਂ ਹੈਗੀ। ਪੈਂਟਾਂ ਕੋਟਾਂ ਤੇ ਟਾਈਆਂ ਵਾਲੇ ਪੰਜਾਬ ਦੇ ਲੋਕਾਂ ਨੂੰ ਨਫ਼ਰਤ ਕਰਦੇ ਸੀ ਇਹ, ਕਿਹੜਾ ਚੰਡੀਗੜ੍ਹ ਜੀ ਇਹ। ਹੁਣ ਹੈ ਨਹੀਂ ਲੀਡਰ ਕੋਈ ਆਤਮਾ ਦੀ ਆਵਾਜ਼ ਵਾਲਾ, ਕੋਈ ਪੰਜਾਬ 'ਚ ਲੀਡਰ ਨਹੀਂ। ਜੋ ਭਗਵੰਤ ਮਾਨ ਤੋਂ ਵੀ ਖੁਸ਼ ਨਹੀਂ ਹੈਗੇ, ਨਹੀਂ ਭਗਵੰਤ ਮਾਨ ਲੀਡਰ ਘੱਟ ਹੈ। ਹਾਂ, ਇਹ ਆ ਵੀ ਤੁਹਾਨੂੰ ਨਾ ਟਿਚਰਾਂ ਜ਼ਰੂਰ ਵਧੀਆ ਕਰ ਸਕਦਾ, ਜਿਹੜਾ ਅਨਪੜ੍ਹ ਬੰਦਾ ਹੋਵੇ ਵੀ ਕੋਈ ਕੁਛ ਨਹੀਂ ਕਰਦਾ ਹੁੰਦਾ। ਐਡੇ ਐਡੇ ਲੀਡਰ ਹੋਏ, ਤੁਹਾਨੂੰ ਕਿਸੇ 'ਚ ਵੀ ਇਹ ਤਿੰਨੇ ਚੀਜ਼ਾਂ ਨਹੀਂ ਲੱਗੀਆਂ? ਦੇਖੋ ਜੀ, ਆਹੀ ਲਾ ਲਓ ਵੀ ਆਪਣੇ ਪ੍ਰਕਾਸ਼ ਸਿੰਘ ਬਾਦਲ, ਮਾਸਟਰ ਤਾਰਾ ਸਿੰਘ ਲੌਂਗੋਵਾਲ, ਟੌੜਾ, ਤੁਹਾਨੂੰ ਮੈਂ ਦੱਸਾਂ, ਪ੍ਰਤਾਪ ਸਿੰਘ ਕੈਰੋਂ। ਹੁਣ ਪ੍ਰਕਾਸ਼ ਸਿੰਘ ਬਾਦਲ ਲਾ ਲਓ, ਪੰਜਾਬ ਦੇ ਉੱਤੇ ਕਿੰਨਾ ਚਿਰ ਇਹਨੇ ਛਾਂ ਕਰਕੇ ਰੱਖੀ ਹੈ, ਜਾਂ ਕਹਿ ਲਓ ਕਿ ਪੰਜਾਬ ਦੀ ਛਾਂ ਥੱਲੇ ਕਿੰਨਾ ਚਿਰ ਬੈਠਾ। ਕੈਲੀਬਰ ਨਹੀਂ ਸੀ, ਕੈਲੀਬਰ ਨਹੀਂ ਸੀ, ਨਾ ਨਾ ਨਾ, ਪ੍ਰਕਾਸ਼ ਸਿੰਘ ਬਾਦਲ 'ਚ ਕੈਲੀਬਰ ਨਹੀਂ ਸੀ, ਕੁਆਲੀਫਿਕੇਸ਼ਨ 5 ਵਾਰ ਮੁੱਖ ਮੰਤਰੀ ਬਿਨਾ ਕੈਲੀਬਰ ਤੋਂ ਬਣ ਗਏ। ਇਹ ਧਰਤੀ ਦੇ ਵਿੱਚ ਤਾਂ ਅਨਪੜ੍ਹ ਵੀ ਬੰਦਾ ਮੁੱਖ ਮੰਤਰੀ ਬਣ ਜਾਂਦਾ। ਪੰਜਾਬ ਨੇ ਕਦੇ ਕੋਈ ਲੀਡਰ ਨਹੀਂ ਦੇਖਿਆ ਐਸਾ, ਕੋਈ ਪੰਜਾਬ 'ਚ ਲੀਡਰ ਨਹੀਂ। ਜੋ ਭਗਵੰਤ ਮਾਨ ਤੋਂ ਵੀ ਖੁਸ਼ ਨਹੀਂ ਹੈਗੇ, ਨਹੀਂ ਭਗਵੰਤ ਮਾਨ ਲੀਡਰ ਘੱਟ ਹੈ। ਹਾਂ, ਇਹ ਆ ਵੀ ਤੁਹਾਨੂੰ ਨਾ ਟਿਚਰਾਂ ਜ਼ਰੂਰ ਵਧੀਆ ਕਰ ਸਕਦਾ, ਵਿਆਹ ਜਿੰਨੇ ਮਰਜ਼ੀ ਕਰਾ ਲੈਂਦੇ, ਕਿਉਂਕਿ ਰਾਜ ਨੂੰ ਵਿਆਹ ਕਰਾਉਣ 'ਚ ਪਾਪ ਨਹੀਂ ਲੱਗਦਾ, ਇਹ ਤੁਰ ਦਰਗਾਹੋਂ ਮਾਫੀ ਆ। ਪਰਸਨਲ ਜੇ ਕਮੈਂਟ ਹੁੰਦੇ, ਹੁਣ ਵਿਆਹ ਤਾਂ ਭਗਵੰਤ ਮਾਨ ਨੇ ਵੀ ਕਰਾਇਆ, ਵੇਖ ਇਹਨੂੰ ਵੇਖ ਕੋਈ ਪਾਪ ਲੱਗਦਾ ਨਹੀਂ, ਤੇ ਫਿਰ ਉਹਦੀ ਜ਼ਿੰਦਗੀ ਹੈ ਪਰਸਨਲ ਕਮੈਂਟ ਹੈ, ਕਿਆ ਜ਼ਿੰਦਗੀ ਹੈ, ਕੱਲ 5-7 ਹੋਰ ਨਾ ਕਰਾ ਲੇ। ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹ ਸ਼ਰੇਆਮ ਕਿਹਾ ਵੀ ਰੂਸਾ ਮੇਰੀ ਦੋਸਤ ਸੀਗੀ, ਉਹ ਦੇਖੋ ਇਹਨੇ ਤਾਂ ਡੂਡੂ ਸੋ ਵਿਆਹ ਕਰਾਇਆ। ਕਿੰਨਾ ਨੇ, ਕਿੰਨਾ ਵੱਡਾ ਕੱਦ ਸੀ, 6 ਫੁੱਟ 6 ਇੰਚ ਕੱਦ ਭੁਪਿੰਦਰ ਸਿੰਘ ਦਾ, ਭੁਪਿੰਦਰ ਸਿੰਘ ਦਾ ਕਿੰਨੇ ਵਿਆਹ ਕਰਾਏ ਉਹਨੇ, ਪੁੱਛੋ ਹੀ ਕੋਈ ਨਾ, ਗਿਣਤੀ ਕੋਈ ਨਹੀਂ, ਅਸਰ ਪੁੱਛੋ ਤਾਂ ਗਿਣਤੀ ਨਹੀਂ ਹੁੰਦੀ ਸੀ। ਅੰਗਰੇਜ਼ ਆ ਜੇ ਨਾ ਕੋਲ, ਉਹਦੀ ਟੁੱਟੀ ਹੋਈ ਜੁੱਤੀ ਤੇ ਆ ਜੇ, 6-7 ਵਾਰੀ ਤਾਂ ਉਹਨੂੰ ਚੱਟਣਗੇ, ਫਿਰ ਮੱਥੇ 'ਤੇ ਲਾਉਣਗੇ, ਫਿਰ ਉਹ 'ਚ ਪਾਣੀ ਪਾ ਕੇ ਪੀਣਗੇ, ਫਿਰ ਉਹਨੂੰ ਪੁੱਠੀ ਕਰਕੇ ਉੱਤੇ ਰੋਟੀ ਧਰ ਕੇ ਖਾਣਗੇ, ਉਦੋਂ ਬਾਅਦ ਉਸੇ ਜੁੱਤੀ ਨੂੰ ਸਿਰ 'ਤੇ ਧਰ ਕੇ ਆਖਣਗੇ, ਧੰਨ ਮੇਰੇ ਮੌਲਾ। ਲੋਕ ਸਭਾ ਚੋਣਾਂ ਸਿਰ 'ਤੇ ਨੇ, ਕਿਹਾ ਜਾਂਦਾ ਡੈਮੋਕਰੇਸੀ ਦਾ ਸਭ ਤੋਂ ਵੱਡਾ ਤਿਉਹਾਰ ਹੁੰਦਾ ਇਹ। ਪੰਜਾਬ ਦੀ ਚਰਚਾ ਤੋਂ ਦੇਸ਼ ਦੀ ਚਰਚਾ ਕਰਾਂਗੇ ਅੱਜ। ਬਾਪੂ ਬਲਕੌਰ ਸਿੰਘ ਸਾਡੇ ਨਾਲ ਨੇ, ਬਹੁਤ ਸਵਾਗਤ ਹੈ ਬਾਪੂ ਜੀ ਤੁਹਾਡਾ। ਜਾਂਦੇ ਰਹੋ ਜੀ, ਜਾਂਦੇ ਰਹੋ। ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਹੋਣਾ ਨੂੰ ਟਿਕਟ ਦਿੱਤੀ ਹੈ ਫਰੀਦਕੋਟੋਂ, ਫਰੀਦਕੋਟ ਦਿੱਤੀ, ਤੇ ਬਾਕੀ ਮੰਤਰੀ ਜਿਹੜੇ ਆ ਕਿਤੋਂ ਕਿਤੋਂ ਖੜੇ ਕੀਤੇ ਆ ਜੀ। ਇਹ ਸਰਕਾਰ ਕੋਲੇ ਕੋਈ ਨਵਾਂ ਬੰਦਾ ਨਹੀਂ ਸੀ ਤੁਹਾਨੂੰ ਲੱਗਦਾ? ਬੰਦੇ ਸਾਰਿਆਂ ਕੋਲੇ ਹੁੰਦੇ ਆ, ਪਰ ਬੰਦੇ ਕਿਹੜਾ ਕਿਹਦੇ ਭਰੋਸੇ ਦਾ ਉਹਨੂੰ ਚੁਣਿਆ ਜਾਂਦਾ। ਲੋਕਾਂ ਵਾਸਤੇ ਲੋਕ ਰਾਜ ਹੈ, ਅੰਗਰੇਜ਼ੀ ਨੂੰ ਡੈਮੋਕਰੇਸੀ ਕਹਿ ਦਿੰਦੇ ਆ, ਪਰ ਇਹ ਵੇਖਣਾ ਪੈਂਦਾ ਵੀ ਜੇ ਕੋਈ ਜ਼ਿਆਦਾ ਬਹੁਤਾ ਸਿਆਣਾ ਹੈ ਉਹ ਵੀ ਡੈਮੋਕਰੇਸੀ ਦੇ ਕਾਬਲ ਨਹੀਂ ਹੁੰਦਾ। ਕਿਉਂ? ਕਿਉਂਕਿ ਉਹ ਸੱਚ ਬੋਲ ਜਾਂਦਾ, ਹਾਂ, ਅਤੇ ਸੱਚ ਤਾਂ ਪਹੁੰਚਾਉਣਾ ਬਹੁਤ ਔਖਾ। ਲੋਕ ਰਾਜ ਪਾਰਲੀਮੈਂਟ ਦੇ ਅੰਦਰ ਜਾ ਕੇ, ਹੁਣ ਤਾਂ ਚਲੋ ਥੋੜ੍ਹਾ ਥੋੜ੍ਹਾ ਅੱਗੇ ਆਉਣ ਲੱਗ ਗਈ ਕਿਤੇ ਗੱਲਬਾਤ ਬਾਹਰ, ਪਹਿਲਾਂ ਤਾਂ ਆਉਂਦੀ ਨਹੀਂ ਨਾ ਸੀ, ਅਤੇ ਜੋ ਕੁਛ ਕਰਦੇ ਸੀ ਲੋਕਾਂ ਨੂੰ ਪਤਾ ਹੀ ਕੋਈ ਨਹੀਂ ਸੀ ਵੀ ਕੀ ਕਰਦੇ ਸੀ, ਅਤੇ ਉਹਨਾਂ ਦੇ ਆਪਦੇ ਭਰੋਸੇ ਦੇ ਬੰਦੇ ਹੁੰਦੇ ਸੀ। ਜਿਹੜਾ ਇੱਕ ਵੀ ਬੰਦਾ ਆਪਣੀ ਜਿਹਨੂੰ ਕਹਿੰਦੇ ਵੀ ਆਪਣੀ ਆਤਮਾ ਦੀ ਆਵਾਜ਼ ਨਾਲ ਗੱਲ ਕਰਦਾ ਸੀ, ਉਹ ਇਸ ਲੋਕ ਰਾਜ ਵਿੱਚ ਨਹੀਂ। ਹੁਣ ਹੈ ਨਹੀਂ ਲੀਡਰ ਕੋਈ ਆਤਮਾ ਦੀ ਆਵਾਜ਼ ਵਾਲਾ? ਵੇਖੋ, ਮੈਨੂੰ ਤਾਂ ਇੱਥੇ ਲੱਗਣ 75 ਸਾਲ ਹੋ ਗਏ ਮੇਰੀ ਉਮਰ ਨੂੰ। ਨਵਜੋਤ ਸਿੱਧੂ,
ਮੈਂ ਉਹਨੂੰ ਕਿਸੇ ਵੀ ਆਤਮਾ ਦੀ ਆਵਾਜ਼ 'ਚ ਮੰਨਣ ਨੂੰ ਤਿਆਰ ਨਹੀਂ ਹਾਂ। ਹਾਂ, ਉਹ ਛਿੱਕੇ ਜ਼ਰੂਰ ਮਾਰ ਸਕਦਾ, ਛਿੱਕਿਆਂ ਦੇ ਛੱਕੇ ਛੁੜਾ ਸਕਦਾ, ਪਰ ਇਹ ਵੀ ਸਿਆਸੀ ਰੰਗ ਹੈ ਉਹਦੇ 'ਚ ਨਾ, ਉਹ ਹੈ ਨਹੀਂ ਜਿਹੜਾ ਚਾਹੀਦਾ ਸੀਗਾ। ਫਿਰ ਚਾਹੀਦਾ ਕੀ ਹੈ ਦੇਖੋ, ਤੁਹਾਡੇ ਮੁਤਾਬਕ ਕੌਣ ਹੋਣਾ ਚਾਹੀਦਾ? ਬਿਲਕੁਲ ਵੀ ਸਾਡਾ ਨੇਤਾ ਕਿਹੋ ਜਿਹਾ ਹੋਵੇ, ਲੋਕ ਰਾਜ ਦੇ ਵਿੱਚ ਨੇਤਾ ਕਿਹੋ ਜਿਹਾ ਹੋਵੇ ਤੇ ਉਹ ਲੋਕਾਂ ਦੇ ਲਈ ਕੀ ਕੰਮ ਕਰ ਸਕਦਾ। ਪਹਿਲੀ ਗੱਲ ਹੈ ਵੀ ਨੇਤਾ ਦੇ ਵਿੱਚ ਤਿੰਨ ਗੁਣ ਹੋਣੇ ਚਾਹੀਦੇ ਆ। ਉਹਦਾ ਕਿਰਦਾਰ ਬਹੁਤ ਉੱਚਾ ਹੋਣਾ ਚਾਹੀਦਾ, ਉਹਦੀ ਕੁਆਲੀਫਿਕੇਸ਼ਨ ਬਹੁਤ ਹੋਣੀ ਚਾਹੀਦੀ ਆ। ਅੱਛਾ, ਜਿਹੜਾ ਅਨਪੜ੍ਹ ਬੰਦਾ ਹੋਵੇ ਵੀ ਕੋਈ ਕੁਛ ਨਹੀਂ ਕਰਦਾ ਹੁੰਦਾ, ਫਿਰ ਉਹਦਾ ਕੈਲੀਬਰ ਬਹੁਤ ਉੱਚਾ ਹੁੰਦਾ। ਜਿਹੜੀ ਨਾ ਜਿਹੜਾ ਮੌਲਿਕ ਬੁੱਧੀਮਤਾ ਹੁੰਦੀ ਹੈ ਕਿਸੇ ਬੰਦੇ 'ਚ, ਕੁਦਰਤ ਨੇ ਬਖਸ਼ੀ ਹੁੰਦੀ ਹੈ, ਤਿੰਨ ਚੀਜ਼ਾਂ 'ਚੋਂ ਜੇ ਇੱਕ ਵੀ ਚੀਜ਼ ਗਾਇਬ ਹੈ ਤੇ ਉਹਦੀ ਜਿਹੜੀ ਚਰਿੱਤਰ ਦੀ ਜਿਹੜੀ ਛਾਣ ਬੀਣ ਹੈ ਤੇ ਉਹਦੀ ਪਰਸਨੈਲਿਟੀ ਦੀ ਘਾਟ ਅੱਗੇ ਬਣ ਜਾਂਦੀ ਹੈ। ਐਡੇ ਐਡੇ ਲੀਡਰ ਹੋਏ, ਤੁਹਾਨੂੰ ਕਿਸੇ 'ਚ ਵੀ ਤਿੰਨਾਂ ਚੀਜ਼ਾਂ ਨਹੀਂ ਲੱਗੀਆਂ? ਦੇਖੋ ਜੀ, ਆਹੀ ਲਾ ਲਓ ਵੀ ਆਪਣੇ ਪ੍ਰਕਾਸ਼ ਸਿੰਘ ਬਾਦਲ, ਮਾਸਟਰ ਤਾਰਾ ਸਿੰਘ ਲੌਂਗੋਵਾਲ, ਟੌੜਾ, ਤੁਹਾਨੂੰ ਮੈਂ ਦੱਸਾਂ, ਪ੍ਰਤਾਪ ਸਿੰਘ ਕੈਰੋਂ, ਵੇਖੋ ਜਸਟਿਸ ਗੁਰਨਾਮ ਸਿੰਘ, ਗੁਰਨਾਮ ਸਿੰਘ, ਵੇਖੋ ਟੌੜਾ ਲਾ ਲਓ, ਲੀਡਰ ਬਹੁਤ ਵੱਡਾ ਸੀ, ਪੰਥ ਉਹਦੇ ਪਿੱਛੇ ਪਿੱਛੇ ਫਿਰਦਾ ਸੀ ਤੇ ਪੰਥ ਦੇ ਉੱਤੇ ਛਤਰੀ ਤਾਣ ਕੇ ਤੁਰਦਾ ਸੀ, ਇਹ ਵੀ ਪੱਕੀ ਗੱਲ ਹੈ। ਪਰ ਵਿੱਦਿਆ ਨਹੀਂ ਸੀ ਕੋਲੇ। ਅੱਛਾ, ਵਿੱਦਿਆ ਦੀ ਘਾਟ ਸੀ, ਕਰੈਕਟਰ ਸੀਗਾ, ਕੈਲੀਬਰ ਵੀ ਸੀਗਾ, ਪਰ ਵਿੱਦਿਆ ਨਹੀਂ ਸੀ, ਮਾਰ ਖਾ ਗਿਆ ਨਾ। ਹੁਣ ਪ੍ਰਕਾਸ਼ ਸਿੰਘ ਬਾਦਲ ਲਾ ਲਓ, ਪੰਜਾਬ ਦੇ ਉੱਤੇ ਕਿੰਨਾ ਚਿਰ ਇਹਨੇ ਛਾਂ ਕਰਕੇ ਰੱਖੀ ਹੈ, ਜਾਂ ਕਹਿ ਲਓ ਕਿ ਪੰਜਾਬ ਦੀ ਛਾਂ ਥੱਲੇ ਕਿੰਨਾ ਚਿਰ ਬੈਠਾ। ਕੈਲੀਬਰ ਨਹੀਂ ਸੀ, ਕੈਲੀਬਰ ਨਹੀਂ ਸੀ, ਨਾ ਨਾ ਨਾ, ਪ੍ਰਕਾਸ਼ ਸਿੰਘ ਬਾਦਲ ਚ ਕੈਲੀਬਰ ਨਹੀਂ ਸੀ, ਕੁਆਲੀਫਿਕੇਸ਼ਨ ਪੰਜ ਵਾਰ ਮੁੱਖ ਮੰਤਰੀ ਬਿਨਾਂ ਕੈਲੀਬਰ ਤੋਂ ਬਣ ਗਏ। ਇਹ ਧਰਤੀ ਦੇ ਵਿੱਚ ਤਾਂ ਅਨਪੜ੍ਹ ਵੀ ਬੰਦਾ ਮੁੱਖ ਮੰਤਰੀ ਬਣ ਜਾਂਦਾ, ਕਿਹੜੀਆਂ ਗੱਲਾਂ ਕਰਦੇ ਆਪਾਂ, ਕਰਪਟ ਤੋਂ ਕਰਪਟ ਬੰਦਾ ਮੁੱਖ ਮੰਤਰੀ ਬਣ ਜਾਂਦਾ ਇਹ ਪੰਜਾਬ ਦੀ ਧਰਤੀ ਤੇ। ਇਹ ਵੀ ਨਾਲ ਕਹਿਣਾ ਬੜਾ ਔਖਾ ਹੈ, ਪਰ ਮੈਨੂੰ ਕਹਿਣ 'ਚ ਕੋਈ ਸਮੱਸਿਆ ਨਹੀਂ। ਉਹ ਕੈਲੀਬਰ ਦੀ ਘਾਟ ਸੀ, ਕੁਆਲੀਫਿਕੇਸ਼ਨ ਨੋ ਡਾਊਟ ਕਿ ਲਾਹੌਰ ਦੀ BA ਪਾਸ ਸੀ, ਬਸ ਇਸ ਤੋਂ ਬਾਅਦ ਨਹੀਂ ਪੜ੍ਹਿਆ। ਔਰ ਉਹਨਾਂ ਜ਼ਮਾਨਿਆਂ 'ਚ ਲਾਹੌਰ 'ਚ ਕੋਈ ਗੱਲ ਨਹੀਂ, BA ਪਾਸ ਕੀ, ਚਾਰ ਕਿਤਾਬਾਂ ਆਉਂਦੀਆਂ, 30 ਸਵਾਲ ਹੁੰਦੇ ਆ, ਰੱਟੇ ਲਾ ਕੇ ਪਾਸ ਕਰ ਜਾਂਦਾ। BA ਪਾਸ ਉਦੋਂ ਤਾਂ ਲੋਕ ਪੰਜ ਮਸਾਂ ਪੜ੍ਹਦੇ ਸੀ ਬਾਪੂ ਜੀ, ਉਹ ਤਾਂ ਇਸ ਕਰਕੇ ਮਸਾਂ ਪੜ੍ਹਦੇ ਕਿ ਲੋਕੀ ਆਪਦੇ ਬੱਚੇ ਨੂੰ ਪੜ੍ਹਨ ਭੇਜਦੇ ਨਹੀਂ ਸੀ। ਜੇ ਕੋਈ ਪੜ੍ਹਦਾ ਸੀ ਤਾਂ ਫਿਰ ਲੋਕੀ ਪੜ੍ਹ ਵੀ ਜਾਂਦੇ ਸੀਗੇ, ਐਸੀ ਗੱਲ ਨਹੀਂ, ਵਿਦਵਾਨ ਵੀ ਉਹਨਾਂ ਵੇਲੇ 'ਚ ਪੜ੍ਹੇ ਲਿਖੇ ਹੋਏ ਨੇ। ਤਾਂ ਤੁਸੀਂ ਕਹਿੰਦੇ ਹੋ ਕੈਲੀਬਰ ਵੀ ਨਹੀਂ ਸੀ, ਪ੍ਰਕਾਸ਼ ਸਿੰਘ ਬਾਦਲ 'ਚ ਕੁਆਲੀਫਿਕੇਸ਼ਨ ਵੀ ਕੋਈ ਐਡੀ ਨਹੀਂ, ਵਿਚਾਲੇ ਰਹਿ ਗਈ, ਤੇ ਕਿਰਦਾਰ, ਕਿਰਦਾਰ ਆ ਜਿਹੜਾ ਉੱਥੇ ਵੀ ਛੇਕੀ ਸੀ, ਠੀਕ ਹੈ ਨਾ, ਕਿਰਦਾਰ ਵੀ ਛੇਕੀ ਸੀ। ਜੇ ਕਿਤੇ ਖੜ ਜਾਂਦਾ ਨਾ ਚੰਗੀ ਤਰ੍ਹਾਂ ਕਿਰਦਾਰ ਦੇ ਉੱਤੇ ਪਹਿਰਾ ਦਿੰਦਾ ਤੇ ਪੰਜਾਬ ਦੇ ਹਾਲਾਤ ਇਸ ਤੋਂ ਕਿਤੇ ਬਿਹਤਰ ਹੋਣੇ ਸੀ। ਪੰਜਾਬ ਦੇ ਹਾਲਾਤ ਲੋਕਾਂ ਪਬਲਿਕ ਕਰਕੇ ਮਾੜੇ ਨਹੀਂ ਹੋਏ, ਇੱਥੋਂ ਦੀਆਂ ਸਿਆਸੀ ਪਾਰਟੀਆਂ ਦੇ ਕਿਰਦਾਰ ਕਰਕੇ ਮਾੜੇ ਹੋਏ। ਪੰਜਾਬ ਦੇ ਵਿੱਚ ਕੈਰੋਂ ਵੀ ਆਇਆ ਸੀ ਨਾ, ਪਹਿਲੀ ਦਾੜੀ ਵਾਲਾ, ਲੰਮੀ ਦਾੜੀ ਵਾਲਾ, ਜੱਟ ਪਰਿਵਾਰਾਂ ਦਾ ਕੈਰੋਂ, ਆਪਣੇ ਵੇਲੇ ਦਾ ਬਾਹਰ ਪੜ੍ਹਿਆ ਹੋਇਆ ਬੰਦਾ ਸੀ, ਪਰ ਕਿਰਦਾਰ ਦੀ ਘਾਟ ਸੀ, ਕਿਰਦਾਰ ਹੈ ਨਹੀਂ ਸੀ। ਸਭ ਤੋਂ ਪਹਿਲਾਂ ਕਰਪਸ਼ਨ ਉਹਦੇ ਵੇਲੇ ਪੈਦਾ ਹੋਈ, ਹਾਂਜੀ, ਗੋਪੀ ਚੰਦ ਭਾਰਗਵ ਤੇ ਭੀਮ ਸੈਨ ਸੱਚਰ ਵੇਲੇ ਕਰਪਸ਼ਨ ਨਹੀਂ ਸੀ। ਅਸੀਂ ਤਾਂ ਇਹ ਸੁਣਿਆ ਵੀ ਕੈਰੋਂ ਵਰਗਾ ਤਾਂ ਮੁੱਖ ਮੰਤਰੀ ਨਹੀਂ ਹੋਇਆ, ਜੋ ਵਿਕਾਸ ਉਹਨੇ ਕੀਤਾ, ਜੋ ਥੌਟ ਉਹਦਾ ਸੀ, ਕੋਈ ਥੌਟ ਨਹੀਂ, ਸਾਂਝੇ ਪੰਜਾਬ 'ਚ ਫਰੀਦਾਬਾਦ ਵਰਗਾ ਸ਼ਹਿਰ ਵਸਾਇਆ ਵੀ ਦਿੱਲੀ ਦੇ ਨੇੜੇ ਸ਼ਹਿਰ ਵਸਾ ਦਈਏ। ਪੰਜਾਬ ਦੀ ਇੱਕ ਸਮੱਸਿਆ ਕੀ ਹੈ ਕਿ ਕਹਿਣਗੇ ਜੀ ਪੰਜਾਬ ਦਿੱਲੀ ਨਾਲ ਲੱਗਦਾ ਸੀ ਅਕਸਰ, ਮੈਂ ਕਲਕੱਤੇ ਨਾਲ ਨਾ ਲਾ ਦਿਓ, ਜੇ ਪੰਜਾਬ ਕਲਕੱਤੇ ਨਾਲ ਲੱਗ ਗਿਆ ਤਾਂ ਫਿਰ ਕੀ ਬਣੂਗਾ, ਫਿਰ ਤੁਸੀਂ ਪੰਜਾਬੀ ਖੜੋਗੇ ਕਿੱਥੇ। ਇਹ ਵੀ ਨਾਲ ਹੈ, ਜਦੋਂ ਪੰਜਾਬ ਨੂੰ ਦਿੱਲੀ ਨਾਲ ਲਾਇਆ ਸੀ, ਪੰਜਾਬ ਦੇ ਪੱਲੇ ਉਦੋਂ ਕੀ ਸੀ, ਇਹ ਵੀ ਦੱਸੋ, ਥੋੜ੍ਹਾ ਪਾਣੀ ਉਦੋਂ ਗਿਆ, ਭਾਖੜਾ ਨਹਿਰ ਬਣੀ, ਭਾਖੜਾ ਡੈਮ ਬਣਿਆ, ਬਣਿਆ, ਕਹਿੰਦੇ ਪੰਜਾਬ ਦਾ ਪਾਣੀ ਹਰਿਆਣੇ 'ਚ ਲੱਗਦਾ,
ਤੁਸੀਂ ਪਾਣੀ ਦਾ ਗਲਾਸ ਭਰ ਕੇ ਮੂੰਹ ਨਹੀਂ ਧੋ ਸਕਦੇ ਨਹਿਰ ਦੇ ਵਿੱਚੋਂ ਨਾ, ਤੇ ਕਹੀ ਜਾਣਗੇ ਸਾਡੀ ਨਹਿਰ ਹੈ, ਸਾਡਾ ਪਹਾੜਾ ਡੈਮ ਹੈ। ਹਾਂ ਉੱਚਾ ਬਹੁਤ ਹੈ, ਛਾਲ ਮਾਰੋ ਮਰਨਾ ਸੌਖਾ ਹੈ, ਪਹਾੜਾ ਡੈਮ ਤੇ ਛਾਲ ਮਾਰੋ ਤੇ ਬੰਦਾ ਫਿਰ ਥੱਲੇ ਆ ਕੇ ਮਰੂ। ਪਤਾ ਅਚੀਵਮੈਂਟ ਗਿਣਦੇ ਨੂੰ ਵੀ ਨਹਿਰੂ ਦੇ ਜ਼ਮਾਨੇ ਤੋਂ ਜੋ ਅਸੀਂ ਆਇਆ ਚੰਡੀਗੜ੍ਹ ਉਦੋਂ ਬਣਿਆ, ਪਹਾੜਾ ਡੈਮ ਉਦੋਂ ਬਣਿਆ। ਦੇਖੋ ਚੰਡੀਗੜ੍ਹ ਬਣ ਜਾਣਾ ਕੀ ਗੱਲ, ਕਿੰਨੇ ਨਗਰ ਬਣ ਗਏ, ਅਚੀਵਮੈਂਟ ਨਹੀਂ ਹੈਗੀ, ਕੋਈ ਅਚੀਵਮੈਂਟ ਨਹੀਂ ਚੰਡੀਗੜ੍ਹ, ਅਚੀਵਮੈਂਟ ਕੋਈ ਅਚੀਵਮੈਂਟ ਨਹੀਂ। ਅਸੀਂ ਚੰਡੀਗੜ੍ਹ 'ਚ ਹੀ ਪੜ੍ਹਦੇ ਹਾਂ, ਅਸੀਂ ਇੱਥੇ 5 ਸਾਲ ਸਟੂਡੈਂਟ ਰਹੇ ਹਾਂ ਚੰਡੀਗੜ੍ਹ 'ਚ, ਇੱਕ ਵੀ ਬੰਦਾ ਅਕੇਲੀ ਵਰਦਾ ਨਹੀਂ ਸੀ ਉੱਥੇ, ਪੰਜਾਬ ਵਿਰੋਧੀ ਸਾਰੇ, ਬਿਊਰੋਕ੍ਰੇਸੀ ਦੀ ਹੋਮੇ, ਪੈਂਟਾਂ ਕੋਟਾਂ 'ਤੇ ਟਾਈਆਂ ਵਾਲੇ ਪੰਜਾਬ ਦੇ ਲੋਕਾਂ ਨੂੰ ਨਫ਼ਰਤ ਕਰਦੇ ਸੀ ਇਹ, ਕਿਹੜਾ ਚੰਡੀਗੜ੍ਹ ਆ ਜੀ ਇਹ। ਜਦੋਂ ਕੋਈ ਪੰਜਾਬ ਦਾ ਬੰਦਾ ਚੰਡੀਗੜ੍ਹ 'ਚ ਵੜਦਾ, ਉਹ ਕਹਿਣਗੇ ਬਾਇਆ ਬਠਿੰਡਾ ਆ ਗਿਆ। ਕਮਾਲ ਨਹੀਂ, ਜਿਹੜਾ ਕਿਰਤ ਕਰਨ ਵਾਲਾ ਬੰਦਾ ਬਾਇਆ ਬਠਿੰਡਾ, ਜਿਹੜਾ ਰਿਸ਼ਵਤਾਂ 'ਤੇ ਪੜਦਾ ਅੱਗੇ, ਬੜੀ ਘੈਂਟ ਪਰਸਨੈਲਿਟੀ ਆ। ਇਹ ਚੰਡੀਗੜ੍ਹ ਦਾ ਕਲਚਰ ਆ, ਅਸੀਂ ਚੰਗੀ ਤਰ੍ਹਾਂ ਜਾਣਦੇ, ਅਸੀਂ ਉੱਥੇ ਘੁੰਮੇ ਹਾਂ। ਸਾਡੇ ਚਾਦਰੇ ਬੰਦੇ ਸੀ, ਕਹਿੰਦੇ ਪਤਾ ਨਹੀਂ ਕਿੱਥੋਂ ਆਏ ਆ, ਤੰਬੇ ਲਾਈ ਫਿਰਦੇ ਨੇ ਇਹ। ਕਮਾਲ ਨਹੀਂ, ਇਹ ਤਾਂ ਇਹਨਾਂ ਦੇ ਸਾਰੇ ਹੋਵੇ ਤਾਂ ਮਲਕਾ ਦਾ ਰਾਜ ਦੁਆਰੇ ਲੈ ਆਉਣੇ ਚੰਡੀਗੜ੍ਹ ਦੇ ਲੋਕ, ਵੀ ਸਾਨੂੰ ਮਲਕਾ ਚਾਹੀਦੀ ਆ। ਉਹਦਾ ਰੁਪਈਆ ਬੜਾ ਤਕੜਾ ਹੁੰਦਾ ਸੀ, ਅਜੇ ਮਲਕਾ ਦਾ ਕਾਹਦਾ ਰੁਪਈਆ, ਰੁਪਈਆ ਦਾ ਭਾਰਤ ਦਾ ਸੀ, ਮਲਕਾ ਤਾਂ ਕੋਈ ਰੁਪਈਆ ਰੁਪਈਆ ਨਹੀਂ ਸੀਗਾ, ਭਾਰਤ ਦਾ ਰੁਪਈਆ ਸੀ। ਭਾਰਤ ਦੀ ਕੋਈ ਇੱਕ ਤਾਂ ਹੋਊਗਾ ਕਰਦਾਰੀ, ਫਿਰ ਕਰਦਾਰੀ ਸੀਗਾ ਇੱਕ ਸ਼ਾਸਤਰੀ, ਲਾਲ ਬਹਾਦਰ ਸ਼ਾਸਤਰੀ। ਹਾਂ, ਪੜ੍ਹਿਆ ਲਿਖਿਆ ਵੀ ਸੀ, ਹਾਂਜੀ, ਵਿੱਦਿਆ ਦੀ ਕਮੀ ਸੀ ਪਰ ਕਰਦਾਰ ਬਣ ਆ ਗਈ। ਫਿਰ ਇੱਕ ਕਮੀ ਤਾਂ ਆ ਗਈ, ਕਮੀ ਆ ਗਈ ਨਾ, ਜੇ ਉਹ ਕਮੀ ਨਾ ਹੁੰਦੀ ਤੇ ਜਿਹੜੀ ਉਹ ਸ਼ਰਾਰਤ ਦਾ ਸ਼ਿਕਾਰ ਹੋਇਆ ਵਿਚਾਰਾ, ਸ਼ਰਾਰਤ ਹੋਈ ਆ। ਚੰਗਾ ਭਲਾ ਬੰਦਾ ਤਾਸ਼ਕੰਦ ਜਾ ਕੇ ਕੌਣਕੀ ਨੇ ਕੀ ਕੀਤਾ, ਸਾਰੇ ਜਾਣਦੇ, ਮੂੰਹ 'ਚ ਕੋਈ ਮਰਵਾਤਾ, ਸਭ ਕੁਛ ਇਹੀ ਹੁੰਦਾ। ਸਿਆਸਤ ਦੇ ਵਿੱਚ ਬੰਦਾ ਮਰਵਾਉਣਾ ਕੋਈ ਸਮੱਸਿਆ ਨਹੀਂ, ਪ੍ਰਧਾਨ ਮੰਤਰੀ ਥੋੜ੍ਹੀ ਮਰਵਾਏ ਜਾਂਦੇ, ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਮਰਵਾਏ ਜਾਂਦੇ ਆ, ਉਹਨਾਂ ਨੇ ਕਲਰਕ ਥੋੜ੍ਹਾ ਮਰਵਾਉਣਾ ਹੁੰਦਾ। ਅਮਰੀਕਾ ਦੇ ਕਿੰਨੇ ਰਾਸ਼ਟਰਪਤੀ ਮਾਰੇ ਗਏ, ਆ ਹੁਣ ਜਪਾਨ ਵਾਲਾ ਵੀ, ਇੰਗਲੈਂਡ ਦਾ ਪ੍ਰਧਾਨ ਮੰਤਰੀ ਮਾਰੇ ਗਏ, ਤੁਹਾਡੇ ਮੁਲਕ ਦੇ ਆਪਣੇ ਹੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮਾਰੇ ਗਏ, ਇੱਕ ਪਰਿਵਾਰ ਦੇ 2 ਪ੍ਰਧਾਨ ਮੰਤਰੀ ਮਾਰੇ ਗਏ। ਮਰਦੇ ਤਾਂ ਰਾਜ ਦਰਬਾਰ ਦੇ ਵਿੱਚ ਪ੍ਰਧਾਨ ਮੰਤਰੀਆਂ ਨਹੀਂ ਹੁੰਦਾ, ਵਜ਼ੀਰ ਨੇ, ਰਾਜੇ ਨੇ, ਕਿਉਂਕਿ ਇੱਥੇ ਗਦਾਰੀ ਹੁੰਦੀ ਆ। ਗਦਾਰੀ ਇੱਕ ਹੋਰ ਸ਼ਬਦ ਹੈ ਬਗਾਵਤ। ਕ੍ਰਾਂਤੀਕਾਰੀ ਲੋਕ ਹੁੰਦੇ ਆ, ਦਰਬਾਰੀ ਲੋਕ ਗਦਾਰੀ ਕਰਦੇ ਆ ਜਾਂ ਬਗਾਵਤ ਕਰਦੇ ਆ, ਉਹ ਇਹੀ ਕੁਛ ਹੋਇਆ। ਤੇ ਪੰਜਾਬ ਨੂੰ, ਪੰਜਾਬ ਨੇ ਕਦੇ ਕੋਈ ਲੀਡਰ ਨਹੀਂ ਦੇਖਿਆ ਐਸਾ, ਅਜੇ ਨਹੀਂ ਹੈ, ਪੱਕੀ ਗੱਲ ਹੈ, ਨਹੀਂ ਹੈ ਕੋਈ ਪੰਜਾਬ ਦੀ ਲੀਡਰ ਨਹੀਂ। ਜੋ ਭਗਵੰਤ ਮਾਨ ਤੋਂ ਵੀ ਖੁਸ਼ ਨਹੀਂ ਹੈਗੇ, ਨਹੀਂ ਭਗਵੰਤ ਮਾਨ ਲੀਡਰ ਘੱਟ ਹੈ। ਹਾਂ, ਇਹ ਆ ਵੀ ਤੁਹਾਨੂੰ ਟਿਚਰਾ ਜ਼ਰੂਰ ਵਧੀਆ ਕਰ ਸਕਦਾ, ਲੀਡਰ ਨਹੀਂ ਮੰਨਦੇ ਤੁਸੀਂ, ਲੀਡਰ ਆਪਣਾ ਉਹ ਗੁਣ ਹੈ ਨਹੀਂ ਇਹਦੇ ਵਿੱਚ, ਜੋ ਲੀਡਰ ਦੇ ਗੁਣ ਹੋਣੇ ਚਾਹੀਦੇ ਨਾ, ਜਿਵੇਂ ਜੋਤੀ ਬਾਸੂ ਸੀ ਬੰਗਾਲ ਦਾ, ਇਹ ਸੀ ਲੀਡਰ, 33 ਸਾਲ ਖੰਘਣ ਨਹੀਂ ਦਿੱਤੇ, ਜਿੱਦਾਂ ਉਹ ਮਰ ਗਿਆ, ਅੱਜ ਵੇਖੋ ਪੰਜਾਬ ਬੰਗਾਲ ਦਾ ਕੀ ਹਾਲ ਹੈ, ਭੁੱਖਮਰੀ। 33 ਸਾਲਾਂ 'ਚ ਵੀ ਇਹੀ ਹਾਲ ਹੀ ਰਿਹਾ, 33 ਸਾਲਾਂ 'ਚ ਪਹਿਲਾ ਬੰਦਾ ਸੀ ਉੱਥੇ ਜਗੀਰਦਾਰੀ ਖਤਮ ਕੀਤੀ। ਤੁਹਾਡੀ ਇਨਕਲੀਨੇਸ਼ਨ ਹੈ ਲੈਫਟ ਵੱਲ, ਤਾਂ ਸ਼ਾਇਦ ਤੁਸੀਂ ਕਹਿੰਦੇ ਹੋ ਜਗੀਰਦਾਰਾਂ ਦਾ ਰਹਿਣਾ, ਯਾਦ ਰੱਖਿਓ ਕਦੇ ਤਰੱਕੀ ਨਹੀਂ ਹੋਊ ਦੁਨੀਆਂ ਦੇ ਵਿੱਚ, ਜਿੱਥੇ ਕਿਤੇ ਜਗੀਰਦਾਰੀ ਹੈ ਉਹ ਦੇਸ਼ ਪਛੜੇ ਹੋਣਗੇ, ਇਹ ਵੀ ਯਾਦ ਰੱਖਿਓ। ਸਾਡੇ ਵੀ ਤਾਂ ਹੈ, ਸਾਡੇ ਜਗੀਰ ਆਪਾਂ ਪਛੜੇ ਹਾਂ, ਤੁਹਾਨੂੰ ਪਤਾ ਨਾ ਪੰਜਾਬ ਪਛੜਿਆ ਸਟੇਟ ਹੈ, ਆਪਣੀ ਜਗੀਰਦਾਰੀ ਪਛੜੇ ਆ, ਯੂਰਪ 'ਚ ਜਗੀਰਦਾਰੀ ਹੈ ਨਹੀਂ, ਗਾਹ ਲੰਘ ਗਈ, ਜਰਮਨ ਜਗੀਰਦਾਰ ਐਗਰੀਕਲਚਰ ਬੇਸਡ ਰਹੀ ਨਹੀਂ, ਇਸੇ ਕਰਕੇ ਜਗੀਰ ਦਿਖਾਦੇ ਨਾ, ਤੇ ਅਸੀਂ ਐਗਰੀਕਲਚਰ, ਐਸੀ ਗੱਲ ਨਹੀਂ ਹੈ, ਉਹਨਾਂ ਨੇ ਦੁਨੀਆਂ ਨੂੰ ਬਹੁਤ ਅਨਾਜ ਪੈਦਾ ਕਰਕੇ ਖਵਾਇਆ, ਹੁਣ ਉੱਥੇ ਦੀ ਆਬਾਦੀ ਇੰਨੀ ਹੋ ਗਈ, ਜ਼ਮੀਨ ਘੱਟ ਗਈ,
ਆ ਪੰਜਾਬ ਦੇ ਲੋਕ ਵੀ 2.5 ਏਕੜ 'ਚ ਆ ਗਏ, ਸਾਡਾ ਵੀ ਇਹੀ ਹਾਲ ਆ। ਤੁਸੀਂ 12-13 ਸਾਲ ਵੇਖੋ ਕੀ ਹੋਊਗਾ, 12 ਜਿਹੜੀ ਅਗਲੀ ਪੀੜ੍ਹੀ ਹੈ ਨਾ, 1.25 ਏਕੜ ਰਹੂਗੀ, 1.25 ਏਕੜ, ਤੀਜੀ ਪੀੜ੍ਹੀ 'ਤੇ 3 ਕਨਾਲਾਂ ਵੀ ਰਹਿਣੀਆਂ। ਫਿਰ ਕੀ ਕਰਾਂਗੇ? ਫਿਰ ਆਪਾਂ ਚੌਂਕ 'ਚ ਖੜ੍ਹੇ ਨਾ ਦਿਹਾੜ ਦੇ ਵਾਸਤੇ, ਕਹਾਂਗੇ ਭਾਈ ਸਾਹਿਬ ਦਿਹਾੜ ਹੀ ਲੈ ਜਾਓ ਅੱਜ। ਜਦੋਂ 60-65% ਦਿਹਾੜ 'ਤੇ ਖੜ੍ਹ ਗਏ ਆ ਕੇ, ਲੇਬਰ ਚੌਂਕ ਜਿਹਨੂੰ ਕਹਿੰਦੇ ਅੰਗਰੇਜ਼ੀ 'ਚ, ਫਿਰ ਆਹ ਹਾਲ ਹੋਣਾ ਹੀ ਹੋਣਾ। ਹੁਣ ਕਿੰਨਾ, ਤੁਸੀਂ ਇੰਗਲੈਂਡ ਨੂੰ ਨਹੀਂ ਲੁੱਟ ਸਕਦੇ, ਅਮਰੀਕਾ ਨੂੰ ਨਹੀਂ ਲੁੱਟ ਸਕਦੇ, ਜਰਮਨੀ ਨੂੰ ਲੁੱਟ, ਵੱਧ ਤੋਂ ਵੱਧ ਆਪਣਾ ਮੁਲਕ ਪਾਕਿਸਤਾਨ ਨੂੰ ਗਾਲਾਂ ਕੱਢ ਸਕਦਾ ਬਸ, ਕਿਉਂਕਿ ਸਾਡੇ ਵਰਗਾ ਵਿਗੜੇ ਵੀਰ 'ਚ ਤੋਂ ਉਹ ਪੈਦਾ ਹੋਇਆ। DNA ਤਾਂ ਦੋਨਾਂ ਪਰ ਧਿਰਾਂ ਦਾ ਇੱਕੋ ਹੀ ਹੈ ਨਾ, ਝੂਠ ਪਤਾਣ ਮਕਾਰੀ ਬਦਕਾਰੀ ਫਿਰਕਾ ਪ੍ਰਸਤੀ ਜਾਤ ਪਾਤ ਊਚ ਨੀਚ, ਪਾਕਿਸਤਾਨ 'ਚ ਵੀ ਇਹੀ ਕੁਛ, ਆਪਣੀ ਵੀ ਇਹੀ ਕੁਛ ਹੈ, ਸਾਡੇ ਵੀ ਜੀਨਸ 'ਚ ਹੈ। ਬਾਕਾਇਦਾ ਤੁਸੀਂ ਵੇਖ ਲਓ ਸੁੱਤੇ ਪਿਆਂ ਨੂੰ ਨਾ, ਹਿੰਦੁਸਤਾਨ ਦੇ ਜੀਨ ਤਾਂ ਸੁੱਤੇ ਪਿਆਂ ਨੂੰ ਬੰਦੇ ਨਾਲ ਜੇ ਬੰਦਾ ਲੱਗ ਜਾਏ ਪਿੱਟੇ ਜਾਂਦੇ, ਇੱਥੇ ਜਾਣ ਦੱਸੋ ਨਹੀਂ ਪਿੱਟੇ ਜਾਂਦੇ। ਤਾਂ ਕਮਾਲ ਨਹੀਂ, ਜਿਹੜਾ ਬੰਦਾ ਇੱਥੇ ਕਿਰਤ ਕਰਦਾ ਉਹਦੇ ਨਾਲ ਵਿਹਲੜ ਬੰਦਾ ਲੱਗ ਜੇ, ਵਿਹਲੜ ਹੁਕਮੇ ਪਿੱਟਿਆ ਗਿਆ। ਇਹਦੇ ਨਾਲੋਂ ਦੁਰਗਤੀ ਅਤੇ ਗੈਰ ਇਨਸਾਨੀਅਤ ਕੀ ਹੋ ਸਕਦੀ ਆ? ਜਿਹੜੀਆਂ ਇਹ ਚਰਚਾਵਾਂ ਨੇ ਕਿ ਵਰਲਡ ਨਿਊ ਆਰਡਰ ਦੀਆਂ, ਜਿਹੜੀਆਂ ਨਿਊ ਵਰਲਡ ਆਰਡਰ ਦੀਆਂ ਚਰਚਾਵਾਂ ਨੇ ਕਿ 2030 ਤੱਕ ਉਹਨਾਂ ਨੇ ਸਾਰਾ ਕੁਛ ਕੰਟਰੋਲ ਕਰ ਦੇਣਾ ਅਤੇ ਤਿਆਰੀ 6 ਸਾਲ ਹੀ ਰਹਿ ਗਏ। ਨਹੀਂ, ਉਹ ਇਸ ਤਰ੍ਹਾਂ ਵੀ ਕਾਰਪੋਰੇਟ ਸੈਕਟਰ ਹੈ ਵੱਡਾ ਹੋਇਆ। ਇੱਕ ਹੁੰਦਾ ਸਾਮਰਾਜਵਾਦ ਇੰਪੀਰੀਅਲਿਜ਼ਮ, ਇੱਕ ਇਹ ਜਿਹੜਾ ਇਹਦਾ ਡੰਡਾ ਜਿਹਾ, ਇਹਦਾ ਇੰਪੀਰੀਅਲਿਜ਼ਮ ਦਾ ਡੰਡਾ ਕਿਹਦੇ ਹੱਥ 'ਚ ਹੁੰਦਾ? ਉਹ ਕਾਰਪੋਰੇਟ ਸੈਕਟਰ ਦੇ ਹੱਥ 'ਚ ਹੁੰਦਾ। ਕਾਰਪੋਰੇਟ ਸੈਕਟਰ ਦੇ ਹੱਥ 'ਚ ਵਿਗਿਆਨ ਦਾ ਇੱਕ ਬਹੁਤ ਵੱਡਾ ਹਥਿਆਰ ਹੈ। ਅੰਗਰੇਜ਼ ਆਏ, ਉਹ ਵੀ ਇੰਪੀਰੀਅਲਿਜ਼ਮ ਹੀ ਸੀ, ਉਹ ਇੰਪੀਰੀਅਲਿਜ਼ਮ ਅੱਜ ਤੱਕ ਛੋਟੇ ਸੀ, ਹੁਣ ਇੰਪੀਰੀਅਲਿਜ਼ਮ ਦਾ ਜਿਹੜਾ ਖਿਡਾਰੀ ਆ ਬਹੁਤ ਵੱਡਾ ਹੈ। ਅੰਗਰੇਜ਼ ਤਾਂ 1945 ਤੱਕ ਨਾ ਬਹਾਤੇ ਸੀ ਝੱਗ ਵਾਂਗੂ। ਕਿਹਨੇ? ਵਰਲਡ ਵਾਰ ਸੈਕਟ ਨੇ, ਆਪਦੇ ਵੀ ਕਰੋੜਾਂ ਬੰਦੇ ਮਰਵਾਏ, 6 ਕਰੋੜ ਬੰਦਾ ਮਰਵਾਇਆ ਸੀ ਨਾ 4-5 ਮੁਲਕਾਂ ਨੇ, ਫਰਾਂਸ ਹੋਇਆ, ਜਰਮਨ ਹੋਇਆ, ਇੰਗਲੈਂਡ ਵਾਲੇ ਹੋਏ, ਸਪੇਨ ਵਾਲੇ ਹੋਏ, ਬਾਅਦ 'ਚ ਅਮਰੀਕਾ ਵੀ ਸ਼ਾਮਿਲ ਹੋ ਗਿਆ ਸੀ। ਆਪਣੇ ਵਾਲੇ ਮੁਲਕ ਦੇ ਆਪਣੇ ਮੁਲਕ 'ਚੋਂ 25 ਲੱਖ ਬੰਦਾ ਭਰਤੀ ਕੀਤਾ ਗਿਆ ਸੀ। ਸਿੱਖ ਰੈਜੀਮੈਂਟ ਵੀ ਸੀਗੀ, ਸਾਰੀਆਂ ਸਿੱਖ ਰੈਜੀਮੈਂਟ, ਜਾਟ, ਸਾਰੀਆਂ ਰਾਜਪੂਤ, ਗੋਰਖੇ, ਜਿਵੇਂ ਜਿਵੇਂ ਨਾਂ ਸੀ, 25 ਲੱਖ ਬੰਦਾ। ਅੱਜ ਵੀ ਹਿੰਦੁਸਤਾਨ ਦੀ ਫੌਜ 25 ਲੱਖ ਨੇ, ਪਾਕਿਸਤਾਨ ਦੀ ਫੌਜ ਵਿੱਚ ਲਾ ਦੇ ਤਾਂ ਵੀ 25 ਲੱਖ ਨੇ। ਆਪਾਂ 1945 'ਚ 25 ਲੱਖ ਭਰਤੀ ਕੀਤੇ ਸੀ, ਅਤੇ ਕਿਹੜੇ ਕੋਈ ਬੜਾ ਵੱਡਾ ਕੱਦ ਸੀ, 6.5 ਫੁੱਟ ਜੀ, ਬੜੇ ਸੋਹਣੇ ਜਵਾਨ, ਮੈਂ ਕੰਮ ਕਿਹਦੇ ਆਏ? ਆਪਦੇ ਮੁਲਕ ਦੀ ਰਾਖੀ ਕਰਨ ਆਏ ਕਿ ਇੰਗਲੈਂਡ ਦੀ ਰਾਖੀ ਕਰਨ ਗਏ? ਅਤੇ ਗਏ ਤਾਂ ਇੰਗਲੈਂਡ ਦੀ ਰਾਖੀ ਕਰਨ ਸੀ। ਅਸੀਂ ਤਾਂ ਪ੍ਰਾਊਡ ਨਾਲ ਕਹਿੰਦੇ ਹਾਂ ਸਾਰਾਗੜ੍ਹੀ ਵਾਲੀ ਜੰਗ ਜਿਹੜੀ ਲੜੀ ਵੀ, ਉਹ ਸਾਰਾਗੜ੍ਹੀ ਦੀ ਜੰਗ ਵੀ ਸੁਣ ਲਓ, ਹਾਂ, ਕਿੱਡੇ ਮਾਣ ਨਾਲ ਅਸੀਂ ਦੱਸਦੇ ਹਾਂ। ਸਾਰਾਗੜ੍ਹੀ ਦਾ ਮਾਲਕ ਕੌਣ ਸੀ? ਪਠਾਣਾਂ ਦਾ ਇਲਾਕਾ, ਪਠਾਣਾਂ ਦਾ ਇਲਾਕਾ, ਅੰਗਰੇਜ਼ ਨੂੰ ਉਹਨੂੰ ਜਿੱਤਣ ਦਾ ਕੀ ਅਧਿਕਾਰ ਸੀ? ਸਾਡੇ ਫੌਜੀ ਉੱਥੇ ਸੀਗੇ, ਉਹਨਾਂ ਨੇ ਜਾਨ ਦੇ ਤੀ ਰਾਖੀ ਕਰਨ 'ਚ, ਸਾਰਾਗੜ੍ਹੀ ਦੀ ਰਾਖੀ ਕਰਨ 'ਚ ਜਾਨ ਦੇ ਤੀ, ਠੀਕ ਆ। ਅਤੇ ਜੇ ਉਹੀ ਫੌਜੀ ਇੰਗਲੈਂਡ ਦੇ ਗੋਲੀ ਮਾਰਦੇ, ਫਿਰ ਕਹਿਣਾ ਹੀ ਗਦਾਰ ਸੀ। ਇੰਗਲੈਂਡ ਨੂੰ ਉਹ 'ਤੇ ਤਾਂ ਕਬਜ਼ਾ ਕਰਨ ਦਾ ਕੀ ਹੱਕ ਹੈ? ਇੰਗਲੈਂਡ ਨੂੰ ਭਾਰਤ 'ਤੇ ਕਬਜ਼ਾ ਕਰਨ ਦਾ ਕੀ ਹੱਕ ਹੈ? ਇੰਗਲੈਂਡ ਨੂੰ ਪਾਕਿਸਤਾਨ 'ਤੇ ਕਬਜ਼ਾ ਕਰਨ ਦਾ ਕੀ ਹੱਕ ਹੈ? ਅਫਰੀਕਨ ਦੇਸ਼ਾਂ ਦੇ ਉੱਤੇ ਕਬਜ਼ਾ ਕਰਨ ਦਾ ਕੀ ਹੱਕ ਹੈ? ਇਹ ਸਾਰਾ ਕਰਤੂਤੇ ਉਹ, ਅਤੇ ਗਦਾਰ ਬਹਾਦਰ ਇਹ ਆਪਣੇ ਵਾਲਿਆਂ ਦੇ ਪੱਲੇ ਪੈ ਗਿਆ। ਅਸੀਂ ਸਾਰਾਗੜ੍ਹੀ, ਇਹ ਗੱਲ ਬਹੁਤ ਭੈੜੀ ਲੱਗਦੀ ਆ ਵੀ ਅਸੀਂ ਸਾਰਾਗੜ੍ਹੀ ਸ਼ਹੀਦ ਹੋਏ, ਖੋਏ ਕੀ ਦੇ ਖਾਤਰ? ਜੇ ਤਾਂ ਤੁਸੀਂ
ਪਠਾਣਾ ਦੀ ਆਜ਼ਾਦੀ ਦੀ ਜੰਗ ਦੇ ਉੱਤੇ ਉਹਨਾਂ ਦੀ ਸਹਾਇਤਾ ਨਾਲ ਸ਼ਹੀਦ ਹੁੰਦੇ ਤਾਂ ਤੁਹਾਡਾ ਰੋਲ ਬਹੁਤ ਵੱਡਾ ਹੋਣਾ ਸੀ। ਹੁਣ ਉੱਥੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਸੀ ਕਿਉਂਕਿ ਉਹਨਾਂ ਦਾ ਦੇਸ਼ ਹੈ, ਉਹਨਾਂ ਦਾ ਇਲਾਕਾ ਹੈ। ਪਰ ਉਹ ਤਾਂ ਜੌਬ ਕਰਦੇ ਸੀ ਨਾ, ਆਰਮੀ ਚ ਭਰਤੀ ਸੀ, ਬਗਾਵਤ ਕਰ ਜਾਂਦੇ। ਨਹੀਂ ਨਹੀਂ, ਬਗਾਵਤ ਬਗਾਵਤਾਂ ਵੀ ਤਾਂ ਹੁੰਦੀਆਂ, ਕ੍ਰਾਂਤੀ ਹੁੰਦੀ ਹੈ, ਬਗਾਵਤ ਨਹੀਂ ਹੁੰਦੀ, ਕ੍ਰਾਂਤੀ ਹੁੰਦੀ ਹੈ। ਰਾਜੇ ਕੀ ਕਰਦੇ ਆ ਵੀ ਜਦੋਂ ਤੁਸੀਂ ਸਾਡੀ ਇੱਛਾ ਦੇ ਬਰਖਿਲਾਫ਼ ਭੁਗਤੋਗੇ ਤਾਂ ਕਹੇ ਜੀ ਬਗਾਵਤ ਹੈ, ਅਤੇ ਰਾਜਾ ਆਪਦੀ ਇੱਛਾ ਨਾਲ ਜੋ ਮਰਜ਼ੀ ਕਰੀ ਜਾਵੇ ਆਖਣਗੇ ਬੜਾ ਸਿਆਣਾ, ਬੜਾ ਦਾਨਵੀਰ ਕਰਨ ਆਖਣਗੇ। ਰਾਜੇ ਨੇ ਕਿਸੇ ਨੇ ਵੀ ਤੁਹਾਡੇ ਇਤਿਹਾਸ ਦੇ ਵਿੱਚ ਪਿਛਲੇ 2500 ਵਰ੍ਹੇ 'ਚ ਕੋਈ ਚੱਜ ਦਾ ਕੰਮ ਕੀਤਾ? ਦੋ ਤਿੰਨ ਬੰਦਿਆਂ ਨੂੰ ਛੱਡ ਕੇ, ਇੱਕ ਰਣਜੀਤ ਸਿੰਘ ਅਤੇ ਇੱਕ ਅਕਬਰ। ਅਕਬਰ ਵੀ ਚੰਗਾ ਸੀ? ਚੰਗਾ ਸੀ। ਉਹਨੇ ਤੁਹਾਡੇ ਪਹਿਲੀ ਦਫ਼ਾ ਅਕਬਰ ਨੇ ਹਮਲੇ ਰੋਕੇ ਸੀ ਔਰ ਸਾਰੇ ਮੁਲਕ ਨੂੰ ਇਕੱਠਾ ਕੀਤਾ ਸੀ। ਤੁਹਾਡਾ ਵਪਾਰ ਵਧਿਆ ਸੀ ਅਤੇ ਭਾਈਚਾਰਾ ਵਧਿਆ ਸੀ, ਅਤੇ ਕੱਟੜ ਉਹ ਬਿਲਕੁਲ ਨਹੀਂ ਸੀ। ਉਹਨਾਂ ਵੇਲੇ 'ਚ ਕੱਟੜ ਨਾ ਹੋਣਾ ਇੱਕ ਬਹੁਤ ਵੱਡੀ ਗੱਲ ਹੈ। ਅਕਬਰ ਕੱਟੜ ਨਹੀਂ ਸੀ, ਦੂਜੀਆਂ ਗੋਤਾਂ ਜਾਤਾਂ 'ਚ ਵੀ ਉਹਨੇ ਵਿਆਹ ਕਰਵਾ ਲਏ ਸੀ। ਤੁਹਾਨੂੰ ਪਤਾ ਭੱਲਣ ਜੱਟ ਨੇ ਔਲਖਾਂ ਦੀ ਕੁੜੀ ਦਾ ਵਿਆਹ ਕਰਤਾ ਸੀ ਉਹਦੇ ਨਾਲ। ਅੱਛਾ। ਹਾਂਜੀ, ਭੱਲਣ ਜੱਟ ਗਿੱਲ ਗੋਤ ਦਾ, ਭੱਲਣ ਚੀਰਾ ਪਾੜਿਆ ਅਕਬਰ ਦੇ ਦਰਬਾਰ, ਔਲਖਾਂ ਦੀ ਕੁੜੀ ਦਾ ਰਿਸ਼ਤਾ ਹੋ ਗਿਆ ਸੀ ਉਹਦੇ ਨਾਲ, ਅਕਬਰ ਨਾਲ। ਹਾਂਜੀ, ਕਿੱਥੋਂ ਦੀ ਸੀ ਉਹ? ਔਲਖਾਂ ਦੀ, ਪੰਜਾਬ ਦੀ ਹੋ ਸਕਦੀ ਹੈ ਨਾ। ਅੱਛਾ, ਔਲਖ ਪਿੰਡ ਦੀ, ਔਲਖ ਗੋਤਾਂ ਦੀ, ਗੋਤ ਔਲਖ ਸੀ। ਆ ਗਿੱਲ ਸਾਡੇ ਵਾਲਾ ਭਾਈਚਾਰਾ ਸੀ, ਭੱਲਣ ਸੀ ਉਹਦਾ ਨਾਂ, ਦਰਬਾਰ ਦੇ ਚੀਰਾ ਦੁੱਧ ਪੜ ਲਿਆ ਚੜਦੇ। ਹਾਂ, ਵਿਆਹ ਜਿੰਨੇ ਮਰਜ਼ੀ ਕਰਾ ਲੈਂਦੇ ਕਿਉਂਕਿ ਰਾਜੇ ਨੂੰ ਵਿਆਹ ਕਰਾਉਣ 'ਚ ਪਾਪ ਨਹੀਂ ਲੱਗਦਾ, ਇਹ ਤੁਰ ਦਰਗਾਹੋਂ ਮਾਫੀ ਆ। ਜੇ ਜਨਾਨੀ ਨੂੰ ਦੂਜਾ ਵਿਆਹ ਕਰਾਉਂਦੇ ਤਾਂ ਦੁਸ਼ਟਨੀ ਆ। ਵੇਖੋ, ਇੱਥੇ ਬੈਠੇ ਬੰਦੇ ਨੂੰ ਪੰਜ ਛੇ ਵਿਆਹ ਤਾਂ ਭਗਵੰਤ ਮਾਨ ਨੇ ਵੀ ਕਰਾਇਆ। ਵੇਖ, ਇਹਨੂੰ ਵੇਖ ਕੋਈ ਪਾਪ ਲੱਗਦਾ? ਨਹੀਂ ਤੇ ਫਿਰ ਉਹਦੀ ਜ਼ਿੰਦਗੀ ਹੈ, ਪਰਸਨਲ ਜ਼ਿੰਦਗੀ ਹੈ, ਕੱਲ 5-7 ਹੋਰ ਨਾ ਕਰਾ ਲੇ। ਕੈਪਟਨ ਅਮਰਿੰਦਰ ਸਿੰਘ ਨੇ ਭੁਪਿੰਦਰ ਸਿੰਘ ਦਾ ਕਿੰਨੇ ਵਿਆਹ ਕਰਾਏ ਉਹਨੇ? ਪੁੱਛੋ ਹੀ ਕੋਈ ਨਾ, ਗਿਣਤੀ ਕੋਈ ਨਾ, ਸਰ ਪੁੱਛੋ ਤਾਂ ਗਿਣਤੀ ਨਹੀਂ ਹੁੰਦੀ ਸੀ। ਇਹਨੂੰ ਪੁੱਛੋ ਵੀ ਤੇਰੀ ਦਾਦੀਆਂ ਕਿੰਨੇ ਸੀ, ਇਹਦਾ ਕੋਈ ਪਤਾ ਨਹੀਂ। ਉਹਦੀ ਸ਼ਾਨ ਸੀ, ਅੰਗਰੇਜ਼ਾਂ ਦਾ ਗੁਲਾਮ ਸੀ, ਵਾਧੂ ਵਿਆਹ। ਗੁਲਾਮ ਸੀ ਅੰਗਰੇਜ਼ਾਂ ਦੀ, ਗੁਲਾਮ ਸੀ। ਭਾਰਤੀ ਆਜ਼ਾਦੀ ਨਾਲ ਇਹਨਾਂ ਦਾ ਕੋਈ ਯੋਗਦਾਨ ਨਹੀਂ ਸੀ ਬਾਈ ਜੀ, ਇਹ ਪੱਕੀ ਗੱਲ ਹੈ। ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਜਦੋਂ ਕਿਹਾ ਉਦੋਂ ਵੀ ਅੰਗਰੇਜ਼ਾਂ ਨਾਲ ਹੀ ਖੜੇ ਸੀ ਇਹ। ਬਿਲਕੁਲ ਖੜੇ ਸੀ, ਜੋ ਮਰਜ਼ੀ ਕਹੀ ਜਿਵੇਂ ਨਹੀਂ ਖੜੇ, ਖੜੇ ਸੀ। ਇੱਕ ਵਾਰੀ ਨਹੀਂ ਬੋਲੇ, ਇੱਕ ਵਾਰੀ ਉਹਦੇ ਨਾਲ ਨਹੀਂ ਆਏ ਰਣਜੀਤ ਸਿੰਘ ਦੇ ਨਾਲ, ਉਹਦੇ ਵਿਰੋਧ 'ਚ ਖੜੇ। ਇੱਥੋਂ ਤੱਕ ਲੁਧਿਆਣਾ ਜਿਹੜਾ ਇਹ ਅੰਗਰੇਜ਼ਾਂ ਨਾਲ ਖੜਾ ਸੀ, ਬਦੋਵਾਲ ਦੀ ਜੰਗ ਵੇਲੇ ਸਾਰਾ ਲੁਧਿਆਣਾ ਅੰਗਰੇਜ਼ਾਂ ਨੂੰ ਰੋਟੀਆਂ ਖਵਾ ਰਿਹਾ ਸੀ। ਅੱਛਾ। ਹਾਂਜੀ, ਇਹ ਮੈਂ ਕਈ ਵਾਰੀ ਇਹਨਾਂ ਨੂੰ ਕਹਿੰਦਾ ਹੁੰਦਾ ਵੀ ਇੱਧਰ ਆਓ, ਤੁਸੀਂ ਬੜੇ ਖਾਨਦਾਨੀ ਬੰਦੇ ਹੋ, ਤੁਹਾਡੀ ਕਰਤੂਤ ਆ ਰਹੀ ਹੈ। ਬਾਬੇ ਰਾਮ ਸਿੰਘ ਦੇ ਬਰਖਿਲਾਫ਼ ਭੁਗਤੇ ਸਾਰੇ ਲੋਕ। ਬਾਬਾ ਰਾਮ ਸਿੰਘ 1862 ਦੇ ਵਿੱਚ ਕਾਰੀਗਰਾਂ ਦੇ ਘਰੇ ਜੰਮਿਆ, ਗਰੀਬ ਬੱਚਾ। ਜਦੋਂ ਸਾਰਾ ਹਿੰਦੁਸਤਾਨ ਅੰਗਰੇਜ਼ ਨੇ ਆਪਦੀ ਜੁੱਤੀ ਥੱਲੇ ਲੈ ਲਿਆ, ਉਹ ਇਕੱਲਾ ਅੜ ਗਿਆ। ਹਾਂਜੀ, ਕੂਕਾ ਲਹਿਰ ਵੇਲੇ ਇਕੱਲਾ ਹੀ ਬੰਦਾ ਸੀ ਉਹ। ਅੱਛਾ। ਤੇ ਉਹਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਉਹਦੀ ਮੌਤ ਬਾਰੇ ਕੋਈ ਨਹੀਂ ਪਤਾ, ਕਿਵੇਂ ਹੋਈ, ਕਦੋਂ ਹੋਈ। ਹਾਂ, ਸਾਰੇ ਇਲਾਕੇ ਦੇ ਵਿੱਚ, ਭਾਵਾਂ ਕੋਈ ਛੰਦੜਾ ਪਿੰਡ ਹੈ, ਭਾਵਾਂ ਕੂਮ ਕਲਾਂ ਤੇ ਭਾਵਾਂ ਮਾਛੀਵਾੜਾ ਹੈ, ਭਾਵਾਂ ਕੁਹਾੜਾ ਤੇ ਭਾਵਾਂ ਜੰਡਿਆਲੀ ਹੈ, ਹਰ ਬੰਦਾ ਉਹਦੇ ਬਰਖਿਲਾਫ਼ ਭੁਗਤਿਆ ਸੀ। ਖਿਲਾਫ਼ ਸੀਗੇ ਸਾਰੇ? ਖਿਲਾਫ਼ ਸੀ ਜੀ। ਇਹ ਕਿੱਥੋਂ ਆ ਗਿਆ ਕਾਰੀਗਰਾਂ ਦਾ ਮੁੰਡਾ? ਇਹ ਸੋਚ ਸੀ। ਹੁਣ ਵੀ ਹੈਗੀ? ਹੁਣ ਪੂਰੀ ਉਸੇ ਤਰ੍ਹਾਂ ਹੀ ਖੜੇ ਆ, ਉੱਥੇ ਹੀ ਖੜੇ ਆ। ਸੋਚ ਨਾ ਬਦਲੀ। ਹਾਂ, ਅੰਗਰੇਜ਼ ਆ ਜੇ ਇਹਨਾਂ ਕੋਲੇ, ਉਹਦੀ ਟੁੱਟੀ ਹੋਈ ਜੁੱਤੀ ਤੇ ਆ ਜੇ, 6-7 ਵਾਰੀ ਤਾਂ ਉਹਨੂੰ ਚੱਟਣਗੇ, 6-7 ਵਾਰੀ ਫਿਰ ਮੱਥੇ 'ਤੇ ਲਾਉਣਗੇ,
ਫਿਰ ਉਹ 'ਚ ਪਾਣੀ ਪਾ ਕੇ ਪੀਣਗੇ, ਫਿਰ ਉਹਨੂੰ ਪੁੱਠੀ ਕਰਕੇ ਉੱਤੇ ਰੋਟੀ ਧਰ ਕੇ ਖਾਣਗੇ, ਉਦੋਂ ਬਾਅਦ ਉਸੇ ਜੁੱਤੀ ਨੂੰ ਸਿਰ 'ਤੇ ਧਰ ਕੇ ਆਖਣਗੇ, ਧੰਨ ਮੇਰੇ ਮੌਲਾ, ਮਾਈ ਲਾਰਡ, ਮੀ ਲਾਰਡ ਯੋਰ ਓਨਰ ਸਰ, ਕਹਿਣਗੇ। ਚਲੋ ਉਹ ਜਾਣੇ, ਤੁਸੀਂ ਸਰ ਕੱਲਾ ਸਰ ਕਹਿ ਦਿਆ ਕਰੋ ਕੋਰਟ। ਤੁਹਾਡੀ ਪ੍ਰੈਡਿਕਸ਼ਨ ਕੀ ਹੈ ਇਹਨਾਂ ਚੋਣਾਂ ਨੂੰ ਲੈ ਕੇ? ਚੋਣਾਂ ਇਹ ਬੇਟਾ ਵੀ ਲੋਕੀ ਭੰਬਲ ਭੂਸੇ ਪੈ ਰਹੇ ਨੇ, ਇਹ ਪੱਕੀ ਗੱਲ ਹੈ। ਰਾਮ ਮੰਦਿਰ ਦਾ ਫਾਇਦਾ ਹੋਊਗਾ ਬੀਜੇਪੀ ਨੂੰ? ਬਾਕਾਇਦਾ ਹੋਊਗਾ, ਬਾਕਾਇਦਾ ਹੋਊਗਾ, ਕਿਉਂਕਿ ਜਿਹੜੀ ਸਾਡੀ ਵੱਡੀ ਪਬਲਿਕ ਹੈ ਨਾ, ਸਾਡੀ ਹਿੰਦੂ ਪਬਲਿਕ ਹੈ, ਘੱਟੋ ਘੱਟ 118 ਕਰੋੜ ਹੈ। ਫਿਰ ਵੀ ਇੱਥੇ ਇਹਨਾਂ ਨੂੰ ਖਤਰਾ ਹੈ। ਕਾਹਦਾ ਵੀ ਖਤਰਾ ਹੈ? ਮੁਸਲਮਾਨ ਤੋਂ ਖਤਰਾ ਕਿਹਨੇ ਕਵਾਇਆ? ਇਹਨਾਂ ਦੀਆਂ ਪਾਰਟੀਆਂ ਨੇ ਪੈਦਾ ਕੀਤਾ ਬਿਨਾਂ ਗੱਲ ਤੋਂ, ਬਿਨਾਂ ਗੱਲ ਤੋਂ। ਮਤਲਬ ਆਪਾਂ ਨੂੰ ਪਾਕਿਸਤਾਨ ਤੋਂ ਕੀ ਖਤਰਾ? ਆਪਾਂ ਕਦੇ ਚੀਨ ਤੋਂ ਖਤਰਾ ਕਿਹਾ? ਨਾ, ਕਦੇ ਨਹੀਂ ਕਹਿੰਦੇ। ਕੀ ਗੱਲ, ਚੀਨ ਫੁੱਫੜ ਲੱਗਦਾ? ਪਾਕਿਸਤਾਨ ਤੋਂ ਖਤਰਾ ਇਹਦੇ ਬੋਲਣ, ਹਾਲਾਂਕਿ ਪਾਕਿਸਤਾਨ ਵਾਲੇ ਵਿਚਾਰੇ ਮਾਰਦੇ ਤਾਂ ਵੀ ਸਾਡਾ ਤਾਂ ਉਹਨਾਂ ਨਾਲ ਰੌਲਾ ਹੀ ਕੋਈ ਨਹੀਂ। ਸਾਨੂੰ ਬਿਨਾਂ ਗੱਲ ਤੋਂ ਅੱਡ ਕੀਤਾ, ਦੋ ਬੰਦਿਆਂ ਨੇ ਗੁਨਾਹ ਕੀਤਾ, ਸਾਡੇ ਗਰੀਬ ਬੰਦੇ ਮਜ਼ਬੂਰ ਬੰਦੇ ਮਰਵਾਏ ਆ ਪਾਕਿਸਤਾਨ ਦੇ ਵਿੱਚ, ਹਿੰਦੂ ਸਿੱਖ ਵੀ ਗਰੀਬ ਮਰਿਆ ਇੱਧਰ। ਜਿਵੇਂ ਹੁਣ ਸੀਏ ਦਾ ਕਾਨੂੰਨ ਲਿਆਏ ਆ, ਲਿਆਏ ਆ, ਹਾਂ। ਤੁਹਾਡਾ ਓਪੀਨੀਅਨ ਕੀ ਹੈ? ਦੇਖੋ ਬੇਟਾ, ਕੁਛ ਦੇਸ਼ਾਂ 'ਚ ਜਿਵੇਂ ਪਾਕਿਸਤਾਨ ਹੈ, ਬੰਗਲਾਦੇਸ਼ ਹੈ, ਨੇਪਾਲ ਹੈ, ਨੇਪਾਲ ਹੈ, ਇੱਕ ਆਪਣਾ ਅਫਗਾਨਿਸਤਾਨ ਹੈ, ਖਾਸ ਤੌਰ 'ਤੇ ਤਿੰਨ ਨੇ, ਨੇਪਾਲ ਨੂੰ ਘੱਟ ਗਿਣਦੇ ਵਿੱਚ। ਇਹਦੇ ਵਿੱਚ ਕੁਛ ਉੱਥੇ ਜਿਹੜੀਆਂ ਮਾਈਨੋਰਿਟੀ ਨੇ ਨਾ, ਮਾਈਨੋਰਿਟੀ ਨੇ ਉੱਥੇ, ਉਹ ਕਿਤੇ ਨਾ ਕਿਤੇ ਮੈਜੋਰਿਟੀ ਦੀਆਂ ਕਰਤੂਤਾਂ ਦੀਆਂ ਸ਼ਿਕਾਰ ਹੋ ਜਾਂਦੀਆਂ। ਇਹਨਾਂ ਨੇ ਕਿਹਾ ਚੱਲ ਜਾ ਨੂੰ ਆਪਣੇ ਕੋਲੇ ਸੱਦ ਲਓ, ਇਹ ਕੋਈ ਬਹੁਤੇ ਨਹੀਂ ਹਾਣੋ ਹੋਏ ਨੇ ਵੀ ਕਈ ਕਰੋੜ ਨੇ, ਨਹੀਂ ਹਾਂ ਵੀ ਚੱਲ ਜੇ ਕੋਈ ਬੰਦਾ, ਪਰ ਉਹਨੂੰ ਐਂ ਲਿਆ ਗਿਆ ਨਾ ਵੀ ਇਹ ਮੁਸਲਮਾਨਾਂ ਦੇ ਖਿਲਾਫ ਹੈ ਕਾਨੂੰਨ। ਨਹੀਂ, ਇਹ ਇੱਕ ਤਾਂ ਭਾਵਨਾ ਹੀ ਪੈਦਾ ਕਰਤੀ ਮੁਸਲਮਾਨਾਂ ਦੇ ਖਿਲਾਫ ਹੈ, ਤੇ ਜੇ ਉੱਥੋਂ ਦੇ ਮੁਸਲਮਾਨ ਨੂੰ ਉੱਥੋਂ ਦੀ ਸਰਕਾਰ ਠਿੱਠ ਕਰੇ ਜੇ ਆਪਾਂ ਉਹਨੂੰ ਦੇ ਦਈਏ, ਨਾਗਰਿਕਤਾ ਕੀ ਫਰਕ ਪੈਂਦਾ? ਉੱਥੇ ਵੀ ਤਾਂ ਬਹੁਤ ਸਾਰੇ ਮੁਸਲਮਾਨ ਤੰਗ ਨੇ, ਭੁੱਟੋ ਵਰਗੇ ਨੂੰ ਮਾਰੇ, ਗੋਲੀਆਂ ਮਾਰਵਾਈਆਂ ਸੀ ਕਿ ਨਹੀਂ ਬੇਨਜ਼ੀਰ ਭੁੱਟੋ ਨੂੰ? ਚੰਗੀ ਭਲੀ ਸੀਗੀ ਵਿਚਾਰੀ, ਹੈਂ, ਕਿਉਂਕਿ ਉਹ ਉਹਨਾਂ ਨੂੰ ਰੜਕਦੀ ਸੀ। ਉਹ ਕਹਿੰਦੇ ਅਸੀਂ ਕਿਉਂ ਦਈਏ, ਐਡਾ ਦੁਨੀਆ ਪਈ ਹੈ, ਕਿਤੇ ਹੋਰ ਲੈ ਲਓ ਜਾ ਕੇ। ਉਹ ਇੱਥੇ ਆਉਣਾ ਉਹਨਾਂ ਨੂੰ ਭਲਾ ਲੱਗਦਾ, ਕਿਉਂਕਿ ਉਹਨਾਂ ਦੀਆਂ ਜੜ੍ਹਾਂ ਕਿਤੇ ਨਾ ਕਿਤੇ ਇੱਥੇ ਹੋਣਗੀਆਂ। ਕਿਸੇ ਮੁਸਲਮਾਨ ਦਾ ਨਾਂ ਲੈ ਲਓ, ਨੌਵੀਂ ਪੀੜ੍ਹੀ ਜਾ ਕੇ ਉਹਦੇ ਦਾਦਾ ਪੜਦਾਦਾ ਹਿੰਦੂ ਨਿਕਲੇ, ਹਿੰਦੂ ਨਿਕਲੂ, ਬਾਕਾਇਦਾ ਨਿਕਲੂਗਾ। ਉਹਨੇ ਇਰਾਨ ਤੋਂ ਆਂਡੇ ਲੈਣੇ ਆ, ਇਰਾਨ ਨਾਲ ਉਹਦਾ ਸੰਬੰਧ ਹੀ ਕੋਈ ਨਹੀਂ, ਅਫਗਾਨਿਸਤਾਨ ਨਾਲ ਸੰਬੰਧ ਨਹੀਂ, ਭਾਸ਼ਾ ਤੁਹਾਡੀ ਉਹਦੇ ਵਾਲੀ, ਭੇਸ ਤੁਹਾਡਾ। ਤਾਂ ਤੁਸੀਂ ਕਹਿ ਰਹੇ ਹੋ ਜਿਹੜਾ ਪੰਜਾਬ 'ਚ ਮੁਸਲਮਾਨ ਹੈ ਜਿੰਨਾ, ਉਧਰਲੇ 'ਚ ਵੀ ਇੱਧਰ ਵੀ, ਇਹ ਕਨਵਰਟ ਹੋਇਆ ਸਾਰਾ ਹਿੰਦੂ ਤੋਂ? ਇਹ 'ਚ ਕੋਈ ਸ਼ੱਕ ਨਹੀਂ, ਸਿਰਫ ਸ਼ੇਖ ਅਤੇ ਸੈਦ, ਸ਼ੇਖ ਅਤੇ ਸੈਦ ਇਹ ਦੋ ਨੇ ਕਬੀਲੇ ਜਿਹੜੇ ਬਾਹਰੋਂ ਆਏ ਸੀ। ਅੱਛਾ, ਅਤੇ ਉਹ ਤੁਹਾਨੂੰ 0.5% ਵੀ ਨਹੀਂ ਮਿਲਦੇ। ਤਾਂ ਜਿੰਨਾ ਪੰਜਾਬੀ ਮੁਸਲਮਾਨ ਹੈ ਕਨਵਰਟ ਹੋਇਆ ਸਾਰਾ? ਇਹ ਇਸ ਤਰ੍ਹਾਂ ਸੀ ਵੀ ਪੰਜਾਬੀ ਦੇ ਵਿੱਚ ਜਦੋਂ ਆਪਾਂ, ਇਰਾਨ ਨੇ ਅਤੇ ਅਰਬਾਂ ਨੇ ਹਮਲਾ ਕਰਕੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ, ਇੱਥੇ ਬੋਧੀ ਸੀ ਆਪਾਂ। ਅੱਛਾ, ਬੋਧੀ ਤੁਹਾਨੂੰ ਪਤਾ ਵੀ ਲਿਬਰਲ ਹੁੰਦੇ ਆ, ਉਹ ਕੋਈ ਵੀ ਗੱਲ ਨਵੀਂ ਆਵੇ ਉਹਨਾਂ ਨੂੰ ਅਪਣਾ ਲੈਂਦੇ ਆ, ਰੱਬ ਨੂੰ ਤਾਂ ਨਹੀਂ ਮੰਨਦੇ ਪਰ ਨਵੀਂ ਗੱਲ ਨੂੰ ਅਪਣਾ ਲੈਂਦੇ ਆ। ਇਹਨਾਂ ਕੋਲ ਇਸਲਾਮ ਦਾ ਕਨਸੈਪਟ ਵੱਡਾ ਸੀ, ਆਪਾਂ ਦੇਵੀ ਦੇਵਤਿਆਂ 'ਚ ਮੰਨਦੇ ਸੀਗੇ, ਉਸ ਇਸਲਾਮ ਤੋਂ ਬਾਬੇ ਨਾਨਕ ਵਰਗਿਆਂ ਨੇ ਵੀ ਬਹੁਤ ਪ੍ਰਭਾਵਿਤ ਹੋਏ ਸੀਗੇ, ਉਹਨਾਂ ਦੀ ਸ਼ਬਦਾਵਲੀ, ਉਹਨਾਂ ਦੇ ਇਥੋਸ ਨੂੰ ਬਾਬੇ ਨਾਨਕ ਨੇ ਬੜਾ ਆਪਣੀ ਬਾਣੀ 'ਚ ਬਿਆਨ ਕੀਤਾ, ਠੀਕ ਹੈ ਨਾ। ਉਸ ਕਰਕੇ ਇਹ ਲੋਕ ਇਸ ਪਾਸੇ ਕਨਵਰਸ਼ਨ 'ਚ ਹੁਣ ਸਾਰੇ ਮਲੇਰਕੋਟਲੇ, ਹਾਂ ਵਿੱਚੀ ਨਾ ਸਾਰਾ ਮਲੇਰਕੋਟ, ਮਲੇਰਕੋਟਲਾ ਹੈਗਾ, ਨਾ ਕੱਢ ਲਓ ਜੈਨੀਆਂ ਦਾ ਗੋਤ ਆ ਜੂ। ਇੱਕ ਜੈਨੀ ਬੰਦੇ ਕੋਲ ਬੈਠਾ ਮੈਂ,
ਉਹਦਾ ਬਸ ਉਹਦਾ ਮੁਸਲਮਾਨ ਮੁਸਲਮਾਨ ਲੜ ਕੇ ਪੰਜਵੀਂ ਛੇਵੀਂ ਪੀੜ੍ਹੀ ਜਾਓ ਤਾਂ ਸਾਡੇ ਉਹਨਾਂ ਦਾ ਗੋਤ ਆਜੂਗਾ। ਅੱਛਾ ਹਾਂ ਆਏ ਹੈ ਆਈ ਲਾ ਲਓ ਆਪਾਂ ਜੱਟ ਬੈਠੇ ਹਾਂ ਉੱਥੇ ਗਿੱਲ ਹੈ ਕਿ ਨਹੀਂ ਸਾਰੇ ਉੱਥੇ ਚੱਠੇ ਸੰਧੂ ਗਿੱਲ ਢਿੱਲੋਂ ਢਿੱਲੋਂ ਚੀਮੇ ਮਾਨ ਵਿਰਕ ਸਾਰੇ ਮਾਨ ਚੌਹਾਨ ਹੈ ਕਿੰਨੇ ਨੇ ਸਾਰੇ ਸਾਰੀਆਂ ਜੱਟਾਂ ਦੀਆਂ ਗੋਤਾਂ ਸੰਧੂ ਉੱਧਰ ਵੀ ਹੈ। ਹਾਂਜੀ ਠੀਕ ਹੈ ਕਿਉਂਕਿ ਮੁਸਲਮਾਨ ਉਸ ਵਕਤ ਵੱਡੀ ਗੱਲ ਇਹ ਹੁੰਦੀ ਹੈ ਵੀ ਜਦੋਂ ਕਿ ਅੱਛਾ ਉਹ ਕਹਿੰਦੇ ਵੀ ਆਪਦੇ ਆਪ ਨੂੰ ਜੱਟ ਹੈ ਹੁਣ ਵੀ ਕਹਿੰਦੇ ਆ ਹਾਂ ਪਾ ਕਹਿੰਦਾ ਜਦੋਂ ਤੁਸੀਂ ਮਿਲੋ ਪਾਕਿਸਤਾਨ ਵਾਲੇ ਮੁਸਲਮਾਨ ਆਪਦੇ ਆਪ ਨੂੰ ਜੱਟ ਹੀ ਕਹਿੰਦੇ ਜੱਟ ਹੁੰਦੇ ਭਾਈ ਸਾਹਿਬ ਮਸਾਂ ਇਕੱਠੇ ਹੋਏ ਆ ਕਹਿੰਦੇ ਫਿਰ ਵੀ ਕਿਉਂਕਿ ਉਹਦੇ ਪਿੱਛੇ ਜਿਹੜੀ ਹਿੰਦੁਸਤਾਨ ਦੀ ਜਾਤ ਪਾਤ ਦੀ ਭਾਵਨਾ ਸੀ ਭਾਵਾਂ ਮੁਸਲਮਾਨ ਬਣ ਗਏ ਭਾਵਾਂ ਆਪਾਂ ਸਿੱਖ ਬਣ ਗਏ ਜਾਤ ਪਾਤ ਦੀ ਭਾਵਨਾ ਗਈ ਨਹੀਂ ਸੇਮ ਹਾਂ ਭੈੜੇ ਨਾਵਾਂ ਨਾਲ ਅਜੇ ਵੀ ਬੁਲਾਉਂਦੇ ਆ ਜਿਹੜੇ ਸਾਡੇ ਵਿਚਾਰੇ ਗਰੀਬ ਸ਼ੂਦਰ ਨੇ ਘਰਾਂ 'ਚ ਕੰਮ ਕਰਦੇ ਉਹਨਾਂ ਨੂੰ ਉਸੇ ਨਾਵਾਂ ਨਾਲ ਬੁਲਾਉਂਦੇ ਆ ਆਪਾਂ ਪੰਜਾਬ 'ਚ ਬੁਲਾਉਂਦੇ ਹਾਂ ਨਾ ਪਖੰਡੀ ਨਾਲ ਮਰਜ਼ੀ ਕਰਾ ਲਓ ਸੱਚ ਇਹੀ ਹੈ ਗੁਰੂ ਸਾਹਿਬ ਦੇ ਸਿਰ ਨੂੰ ਗਾਲ ਦੇ ਕੇ ਬੁਲਾਉਂਦੇ ਆ ਗਾਲ ਦੇ ਕੇ ਤੇ ਗਾਲ ਵੀ ਉਹ ਤੇਰੀ ਫਲਾਣੀ ਜਾਤ ਹੈ ਗਾਲ ਵੀ ਉਹ ਜਿਹਦੀ ਅੰਗਰੇਜ਼ੀ ਨਹੀਂ ਬਣਦੀ ਅੰਗਰੇਜ਼ੀ ਵੀ ਕਹਿੰਦੀ ਮੈਂ ਕਿੱਥੇ ਰਹੇਗੀ ਤਸੱਲੀ ਨਾਲ ਗਾਲ ਉਸ ਨਾਲ ਹੀ ਹੁੰਦੀ ਹੈ ਉਸ ਗਾਲ ਨਾਲ ਕਿਸੇ ਦਾ ਰੰਗ ਥੋੜਾ ਜਿਹਾ ਪੱਕਾ ਹੋ ਜੇ ਉਹਨੂੰ ਕਹਿਣਗੇ ਇਹ ਤਾਂ ਫਲਾਨਾ ਹੈ ਪੁੱਛੋ ਨਾ ਜੀ ਮਤਲਬ ਸਿੱਧੇ ਤੌਰ ਤੇ ਉਹਦੀ ਬਸ ਰੰਗ ਤੋਂ ਹੀ ਰੰਗ ਤੋਂ ਰੰਗ ਤੋਂ ਹਾਲਾਂਕਿ ਜੇ ਗੋਰਾ ਰੰਗ ਹੋਵੇ ਉਹਨੂੰ ਪੁੱਛੇ ਵੀ ਕਿਸ ਕੰਮ ਆਉਂਦਾ ਜਿਸਮ ਫਰੋਸ਼ੀ ਦੇ ਕੰਮ ਹੀ ਆਉਂਦਾ ਜਿਹੜਾ ਬੰਦਾ ਜ਼ਿਆਦਾ ਗੋਰਾ ਹੈ ਜਿਹਨੂੰ ਕਹਿੰਦੇ ਜੀ ਬੜੀ ਦੀ ਪਰਸਨੈਲਿਟੀ ਹੈ ਬੜੀਆਂ ਇਹਦਾ ਚਿਹਰਾ ਭਰਮ ਹੈ ਇਹਦੇ ਡੌਲੇ ਫਰਕਦੇ ਆ ਹੈਂ ਅਤੇ ਜਿੱਥੇ ਕਿਤੇ ਜ਼ਿਆਦਾ ਮਾਸ ਹੁੰਦਾ ਵੀ ਮਾਸ ਬੜਾ ਭਰਿਆ ਹੋਇਆ ਕੁਛ ਅੰਗਾਂ 'ਤੇ ਮਾਸ ਵੱਧ ਹੁੰਦਾ ਨਾ ਅਤੇ ਉਹ ਰੰਗ ਵੀ ਗੋਰਾ ਹੋਵੇ ਉਹ ਕਿਸ ਕੰਮ ਆਉਂਦਾ ਜਿਸਮ ਫਰੋਸ਼ੀ ਦੇ ਉਹ ਸਰਫਰੋਸ਼ੀ ਕੀ ਤਮੰਨਾ ਨਹੀਂ ਰੱਖ ਸਕਦਾ ਉਹ ਫਿਰ ਇਹ ਤਕਦੀਰ ਇਹੀ ਰਹੂਗੀ ਹੁਣ ਆਹ ਚੋਣਾਂ ਤੋਂ ਬਾਅਦ ਵੀ ਕੰਮ ਤਕਦੀਰ ਤਕਰੀਬਨ ਇਹੀ ਰਹੂਗੀ ਕੀ ਲੱਗਦਾ ਤੁਹਾਨੂੰ ਬੀਜੇਪੀ ਦੁਆਰਾ ਸਰਕਾਰ ਬਣਾ ਸਕਦੀ ਹੈ ਕਿਉਂਕਿ ਮੈਂ ਲੁਧਿਆਣੇ ਸ਼ਹਿਰ ਦੇ ਵਿੱਚ ਬੈਠਾ ਲੁਧਿਆਣੇ 'ਚ ਵੀ ਬੀਜੇਪੀ ਸਟਰੋਂਗ ਹੋਈ ਹੈ ਔਰ ਇੱਥੇ ਜਿਹੜੇ ਪੜ੍ਹੇ ਲਿਖੇ ਬੰਦੇ ਨੇ ਜਿਹੜੇ ਸਿਵਲ ਲਾਈਨ ਏਰੀਏ ਦੇ ਵਿੱਚ ਵੀ ਰਹਿੰਦੇ ਆ ਇੱਕ ਤਾਂ ਹੁੰਦਾ ਨਾ ਕਿਸੇ ਸਲੰਮ 'ਚ ਸਲੰਮ 'ਚ ਉਹਨੂੰ ਤਾਂ ਵਿਚਾਰਾ ਅਨਪੜ੍ਹ ਹੁੰਦਾ ਅਤੇ ਆਪਾਂ ਕਹਿ ਸਕਦੇ ਹਾਂ ਯਾਰ ਇਹਨੂੰ ਵਿਚਾਰੇ ਨੂੰ ਪਤਾ ਨਹੀਂ ਪੜ੍ਹੇ ਲਿਖੇ ਚੰਗੀਆਂ ਟਾਈਆਂ ਨਗਟਾਈਆਂ ਵਾਲੇ ਅੰਗਰੇਜ਼ੀ ਬੋਲਦੇ ਆ ਅਤੇ ਸਿਫਤਾਂ ਉਹੀ ਕਰਦੇ ਨੇ ਜਿਹਦੇ ਨਾਲ ਫਿਰਕਾ ਪ੍ਰਸਤੀ ਦੇ ਉੱਤੇ ਕੰਧਾਂ ਉੱਚੀਆਂ ਹੁੰਦੀਆਂ ਨੇ ਰਾਹੁਲ ਗਾਂਧੀ ਬਾਰੇ ਕੀ ਸੋਚਦੇ ਹੋ ਉਹਦੀ ਮੈਚਿਓਰਟੀ ਰਾਜ ਦੇਖੋ ਕਿਉਂਕਿ ਇੱਕ ਤਾਂ ਉਹਦੇ ਪਰਿਵਾਰ 'ਚ ਉਹਦੀ ਜਿਹੜੀ ਆ ਦਾਦੀ ਹੋਈ ਇੰਦਰਾ ਗਾਂਧੀ ਉਹਦੇ ਜਿੰਨਾ ਉਹਦੇ ਕੋਲ ਕਿੱਥੇ ਆ ਅਤੇ ਨਾ ਰਾਜੀਵ ਗਾਂਧੀ ਜਿੰਨਾ ਉਹਦੇ ਕੋਲ ਹੈਗਾ ਇਹ ਚੰਗੀ ਤਰ੍ਹਾਂ ਕੈਲੀਬਰ ਹੈਗਾ ਨਹੀਂ ਕੈਲੀਬਰ ਹੈਗੀ ਹੈ ਨਹੀਂ ਐਜੂਕੇਸ਼ਨ ਤਾਂ ਹੈਗੀ ਉਹਦੇ ਕੋਲ ਐਜੂਕੇਸ਼ਨ ਅੰਗਰੇਜ਼ੀ ਆ ਇਕੱਲੀ ਭਾਰਤੀ ਬੰਦਾ ਜਿਹੜਾ ਇਕੱਲੀ ਅੰਗਰੇਜ਼ੀ ਪੜ੍ਹ ਕੇ ਆਇਆ ਹੋਵੇ ਉਹ ਕਦੇ ਵੀ ਭਾਰਤ ਦੇ ਲੋਕਾਂ ਦੇ ਰਾਸ ਨਹੀਂ ਆਊਗਾ ਅਤੇ ਕਿਰਦਾਰ ਕਿਰਦਾਰ ਤਾਂ ਪੁੱਛੋ ਹੀ ਨਾ ਬਾਹਰਲੇ ਮੋਕਲੇ ਕਿਰਦਾਰ ਨੇ ਤੁਹਾਡੇ ਹਿਸਾਬ ਤੇ ਉਹ ਪ੍ਰਧਾਨ ਮੰਤਰੀ ਫਿੱਟ ਨਹੀਂ ਦੇਖੋ ਜੀ ਹਿੰਦੁਸਤਾਨ ਦੇ ਇਥੋਸ ਦੇ ਮੁਤਾਬਕ ਉਹ ਫਿੱਟ ਨਹੀਂ ਹੈ ਇਥੋਸ ਹੈ ਨਾ ਇੱਕ ਭਾਰਤ ਦਾ ਲਾਲ ਬਹਾਦਰ ਸ਼ਾਸਤਰੀ ਹੋ ਸਕਦਾ ਇਥੋਸ ਦੇ ਅਨੁਸਾਰ ਫਿੱਟ ਇੱਥੋਂ ਤੱਕ ਕਿ ਤੁਹਾਡਾ ਉਹ ਜਿਹੜਾ ਦੂਸਰਾ ਸੀ ਆਪਣਾ ਇੱਕ ਧੋਤੀ ਵਾਲਾ ਵਾਜਪਾਈ ਉਹ ਵੀ ਹੋ ਸਕਦਾ ਹਾਲਾਂਕਿ ਉਹਨੇ ਨੁਕਸਾਨ ਵੀ ਬਹੁਤ ਕਰਾਇਆ ਤੋਬਾ ਸੀ ਉਹ ਕਵਿਤਾ ਬੋਲਦਾ ਸੀ ਜਦੋਂ ਕਵਿਤਾ ਪੜ੍ਹ ਕੇ ਸੁਣਾਉਂਦਾ ਸੀ ਨਾ ਉਦੋਂ ਉਹਨੇ ਸਮਝੋ ਵੀ ਥੋੜ੍ਹਾ ਮਾਂਜਾ ਫੇਰ ਦੇਣਾ ਸੀ ਅੱਛਾ ਹਾਂਜੀ ਭਾਰਤੀ ਬੰਦਾ ਹੋਵੇ ਕਵਿਤਾ ਬੋਲਦਾ ਹੋਵੇ ਪਾਰਲੀਮੈਂਟ ਜਾਣ ਤੋਂ ਬਾਅਦ ਜੇ ਉਹ ਕਵਿਤਾ ਬੋਲਦਾ ਨਾ ਉਰਦੂ ਜਾਂ ਹਿੰਦੀ ਖਾਸ ਤੌਰ 'ਤੇ ਉਰਦੂ ਉਹ ਥੋੜ੍ਹਾ ਮਾਂਜਾ ਫੇਰ ਦੂਗਾ ਹਿੰਦੀ ਬੋਲਦਾ ਸੀ ਹਾਂ ਹਿੰਦੀ ਉਰਦੂ ਕਿਉਂਕਿ ਹਿੰਦੀ ਦਾ ਸ਼ਾਇਰ ਸੀਗਾ ਨਾ ਬੇਸਿਕਲੀ ਉਹ ਇਸ ਕਰਕੇ ਹਿੰਦੀ ਦੇ ਸ਼ਾਇਰ ਕਰਕੇ ਵੀ ਨਾ
ਉਹ ਨੁਕਸਾਨ ਕਰ ਜਾਂਦਾ ਸੀ। ਕਾਲ ਕੇ ਕਪਾਲ ਪੇ ਲਿਖਤਾ ਚਲਾ ਜਾਊਂਗਾ, ਗੀਤ ਨਯਾ ਗਾਊਂਗਾ। ਹਾਂਜੀ, ਐਲੀਟਰੇਸ਼ਨ ਸੀ ਨਾ, ਅਨੁਪ੍ਰਾਸ ਅਲੰਕਾਰ ਦੇ ਵਿੱਚ ਗੱਲ ਕਰਦਾ ਬੰਦਾ ਝੂਲਣ ਲਾ ਆਉਂਦਾ ਸੀ। ਬੰਦਾ ਝੂਲਣ ਲਾ ਦਿਓ, ਅਨੁਪ੍ਰਾਸ ਅਲੰਕਾਰ ਚ ਗੱਲ ਕਰੋ, ਬੰਦਾ ਕਹਿੰਦੇ ਕਿਆ ਬਾਤ ਆ। ਲੋਕੀ ਕਹਿਣਗੇ ਮੁਕਰਰ 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 ਕਰਨ ਲੱਗ ਜਾਂਦਾ, ਸਮੱਸਿਆ ਭੁੱਲ ਜਾਂਦੇ ਆ। ਇਹ ਬੜੇ ਖਤਰਨਾਕ ਹੁੰਦੇ ਨੇ ਪੋਲੀਟੀਸ਼ੀਅਨ ਜਦੋਂ ਕਵਿਤਾ ਗਾਵੇ ਨਾ। ਮਨਪ੍ਰੀਤ ਬਾਦਲ ਬੜੀਆਂ ਸੁਣਾਉਂਦੇ, ਦੇਖੋ ਉਹਦੇ ਹੁੰਦਿਆਂ ਪੰਜਾਬ ਨੇ ਕਿੰਨੀ ਤਰੱਕੀ ਕੀਤੀ ਹੈ। ਜਦੋਂ ਗੱਲ ਕਰੋ ਪਜਾਮਾ ਆਪਣੇ ਖਜ਼ਾਨਾ ਖਾਲੀ, ਉਹਨੂੰ ਇਹ ਨਹੀਂ ਪਤਾ ਵੀ ਖਸਮਾ ਤੂੰ ਬਾਹਰੋਂ ਪੜ੍ਹ ਕੇ ਆਇਆ, ਖਜ਼ਾਨਾ ਕੋਈ ਸ਼ਬਦ ਹੈ। ਆਏ ਸਾਲ ਬਜਟ ਬਣਦਾ, ਬਜਟ ਦੇ ਵਿੱਚ ਸਾਡੀ ਕਿੰਨੀ ਆਮਦਨ ਹੁੰਦੀ ਹੈ, ਰੈਵਨਿਊ ਕਿੰਨਾ ਆਊ, ਇਹੀ ਹੈ ਤੇ ਖਰਚਾ ਕਿੰਨਾ, ਖਰਚਾ ਕਿੰਨਾ। ਇਹ 'ਚ ਖਜ਼ਾਨਾ ਕਿੱਥੋਂ ਆ ਗਿਆ, ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਵੀ ਤੂੰ ਫਿਰ ਇੱਥੇ ਕੀ ਬੈਠਾ, ਕੀ ਕਰਦੇ 5 ਸਾਲ ਬਈ, ਖਜ਼ਾਨਾ ਖਾਲੀ ਹੈ ਤਾਂ ਤੂੰ ਬਜਟ ਠੀਕ ਕਰ। ਹੋਰ ਵੀ ਬਹੁਤ ਸਾਰੇ ਨੇ ਸ਼ੇਰੋ ਸ਼ਾਇਰੀ ਵਾਲੇ, ਉਹ ਇਹ ਖਾਸ ਤੌਰ ਤੇ ਸੀ। ਆਪਣੇ ਮਨਮੋਹਨ ਸਿੰਘ ਸੀ, ਆਪਣਾ ਬੱਬਰ ਸ਼ੇਰ, ਆਪਣਾ ਪ੍ਰਧਾਨ ਮੰਤਰੀ, ਇਹ ਬੜੀ ਇਹ ਟੀਚਰ ਕਰਦਾ ਸੀ ਇਹ। ਇੱਕ ਵਾਰੀ ਇਹਨੇ ਟੀਚਰ ਕੀਤੀ ਬੰਗਾਲ ਵਾਲਿਆਂ ਨੂੰ, ਟੀਚਰ ਕੀਤੀ, ਕਿਉਂਕਿ ਬੰਗਾਲ 'ਚ ਉਦੋਂ MLA ਕੋਈ ਜ਼ਿਆਦਾ ਸੀ, ਕੋਈ ਸੀ 58 ਦੇ ਘੱਟ, MP 58 ਦੇ ਲਗਭਗ, ਅਤੇ ਉਹ ਇਹਦੀ ਗੱਲ ਨੂੰ ਥੋੜ੍ਹਾ ਟੋਕ ਬੈਠੇ। ਇਹਨੇ ਉਹਦੇ ਫਿਰ ਟੀਚਰ ਕੀਤੀ, ਕਹਿੰਦੀ ਮੇਰੇ ਘਰ ਵਾਲੀ ਭਾਈ, ਭਾਈਓ ਮੇਰੇ ਘਰ ਵਾਲੀ ਮੇਰੇ ਸੇ ਪੁੱਛਤੀ ਹੈ, ਸਰਦਾਰ ਜੀ ਵਾਈ ਦਾ ਵਾਈਬਜ਼ ਆਫ ਦੀ ਕਾਮਰੇਡ ਲਵ ਯੂ, ਵੀ ਤੈਨੂੰ ਕਾਮਰੇਡਾਂ ਦੀਆਂ ਜਨਾਨੀਆਂ ਇੰਨਾ ਪਿਆਰ ਕਿਉਂ ਕਰਦੀਆਂ। ਕਹਿੰਦਾ ਮੈਂ ਕਿਹਾ ਮੈਡਮ ਮੈਂ ਆਈ ਪ੍ਰੋਵਾਈਡ ਦੈਮ ਚੀਪਰ ਸਾੜੀਜ਼, ਮੈਂ ਉਹਨੂੰ ਸਸਤੀਆਂ ਸਾੜੀਆਂ ਦਿੰਦਾ, ਇਸ ਕਰਕੇ ਮੈਨੂੰ ਉਹ ਪਿਆਰ ਕਰਦੀ ਹਾਂ। ਵੀ ਦੱਸਣਾ ਮਤਲਬ ਵੀ ਇਹ ਤਾਂ ਕਾਮਰੇਡ ਤਾਂ ਆਪਣੀਆਂ ਜਨਾਨੀਆਂ ਨੂੰ ਸਾੜੀ ਵੀ ਨਹੀਂ ਪਹਿਨਾ ਸਕਦੇ, ਅਤੇ ਕਿੱਡੀ ਵੱਡੀ ਟੀਚਰ ਹੈ ਇਹ ਪਾਰਲੀਮੈਂਟ ਦੇ ਵਿੱਚ। ਮਗਰ ਇੱਕ ਅੱਧਾ ਉਰਦੂ ਦਾ ਸ਼ੇਰ ਸੁਣਾ ਦੇਣਾ, ਜਦੋਂ ਸ਼ੇਰ ਸੁਣਾ ਦੇਣਾ ਅਸੀਂ ਮੁਕਰਰ ਕਰਨ ਲੱਗ ਜਾਣੇ, ਅਸਲ ਗੱਲ ਨੂੰ ਭੁੱਲ ਜਾਂਗੇ। ਇਹ ਸਾਡਾ ਸੁਸ਼ਮਾ ਸਵਰਾਜ ਨੇ ਵੀ ਫਿਰ ਇੱਕ ਵਾਰੀ ਸ਼ੇਰ ਸੁਣਾਇਆ ਸੀ। ਹਾਂ, ਉਹ ਵਿਚਾਰੀ ਕਿੱਧਰ ਗਈ ਸਾਰੇ ਜਾਣਦੇ ਆ, ਉਹ ਤਾਂ ਦੁਨੀਆਂ 'ਚ ਹੀ ਨਹੀਂ ਰਹੀ, ਦੁਨੀਆਂ 'ਚ ਹੀ ਨਹੀਂ ਰਹੇ। ਉਹ ਬੜੀ ਐਕਟਿਵ ਔਰਤ ਸੀ। ਅਸੀਂ ਜਦੋਂ ਪੜ੍ਹਦੇ ਸੀ ਅੰਬਾਲੇ ਤੋਂ ਚੰਡੀਗੜ੍ਹ ਡਿਬੇਟ 'ਤੇ ਆਉਂਦੀ ਹੁੰਦੀ, ਬੜਾ ਉੱਚੀ ਬੋਲਦੀ ਸੀ ਉਹ। 400 ਸੀਟਾਂ ਲੈ ਜਾਣਗੇ ਤੁਹਾਨੂੰ ਲੱਗਦਾ? ਦੇਖੋ ਵੀਰ, ਇਹਨੂੰ ਤਾਂ ਪੂਰਾ ਮਾਣ ਹੈ ਵੀ 400 ਲੈ ਜੂ, ਬਾਕੀ ਸਿਰੇ ਲੋਕਾਂ ਦੇ ਪਤਾ ਵੀ ਇਹਦੇ ਮਾਣ ਨੂੰ ਕਿੰਨਾ ਕੁ ਪ੍ਰਵਾਨ ਕਰਨਗੇ। ਤੁਹਾਨੂੰ ਲੱਗਦਾ ਸਰਕਾਰ ਇਹ ਬਣਾ ਜਾਣੀ? ਲੱਗਦਾ ਤਾਂ ਮੈਨੂੰ ਤਾਂ ਸੱਚੀ ਗੱਲ ਲੱਗਦਾ ਵੀ ਸਰਕਾਰ ਬਣਾ ਸਕਦਾ, ਕਿਉਂਕਿ ਜਿਸ ਪ੍ਰਕਾਰ ਦਾ ਇਹਨੇ ਪੱਤਾ ਖੇਡਿਆ, ਕਿਹੜਾ ਧਰਮ ਦਾ, ਭਾਰਤ ਕੋ ਖਤਰਾ, ਭਾਈਓ ਕੋ ਖਤਰਾ, ਧਰਮ ਕੋ ਖਤਰਾ। ਜਦੋਂ ਹਿੰਦੁਸਤਾਨ 'ਚ ਨਾ ਧਰਮ ਨੂੰ ਖਤਰਾ ਨਹੀਂ ਹੈਗਾ, ਕਿਸੇ ਧਰਮ ਨੂੰ ਕੋਈ ਖਤਰਾ ਨਹੀਂ। ਜੇ ਧਰਮ ਨੂੰ ਮੰਨ ਲਓ, ਪੰਥ ਨੂੰ ਖਤਰਾ ਹੈ, ਆਪਾਂ ਮੰਨ ਲਓ ਹੋਰ ਨਾ, ਪਹਿਲਾਂ ਪੰਥ 'ਤੇ ਆ ਜਾਓ ਕਿਉਂਕਿ ਆਪਾਂ ਸਿੱਖ ਧਰਮ ਦਾ ਸੰਬੰਧ ਹੈ। ਜੇ ਪੰਥ ਨੂੰ ਖਤਰਾ ਹੈ ਤੇ ਪੰਥ 'ਤੇ ਦਰਦੀਆਂ ਦੀਆਂ ਗੋਗੜਾਂ ਕਿਉਂ ਵਧੀ ਜਾਂਦੀਆਂ? ਉਹਨਾਂ ਦੀਆਂ ਗੋਗੜਾਂ ਸੁੱਕ ਜਾਣੀਆਂ ਚਾਹੀਦੀਆਂ, ਠੀਕ ਹੈ। ਹੁਣ ਜੇ ਹਿੰਦੂ ਧਰਮ ਨੂੰ ਖਤਰਾ ਹੈ ਤੇ ਹਿੰਦੂ ਧਰਮ ਦੇ ਪੁਜਾਰੀਆਂ ਦੀਆਂ ਧੋਤੀਆਂ ਛੋਟੀਆਂ ਰਹਿ ਜਾਂਦੀਆਂ, ਏਡੇ ਏਡੇ ਢਿੱਡ ਬਣੇ ਪਏ ਆ। ਧਰਮ ਨੂੰ ਖਤਰਾ, ਧੋਤੀ ਛੋਟੀ ਹੋ ਗਈ। ਫਿਰ ਇਸੇ ਤਰ੍ਹਾਂ ਈਸਾਈ ਨੇ, ਉਹ ਵੀ ਕਹਿਣਗੇ ਜੀ ਹਮਾਰੇ ਕੋਈ ਖਤਰਾ ਹੈ, ਸਾਰੀ ਦੁਨੀਆਂ 'ਤੇ ਰਾਜ ਕਰ ਲਿਆ। ਹੁਣ ਤਾਂ ਇਹ ਰੌਲਾ ਵੀ ਪੰਜਾਬ 'ਚ ਈਸਾਈ ਬਹੁਤ ਹੋਈ ਜਾਂਦੇ, ਕਨਵਰਟ ਹੋ ਗਏ। ਕਨਵਰਟ ਉਹ ਕਰ ਸਕਦੇ ਆ, ਆਪਣੀ ਮਰਜ਼ੀ ਹੈ, ਉਹਨਾਂ ਦਾ ਆਪਣਾ ਢੰਗ ਹੈ, ਕੋਈ ਫਰਕ ਨਹੀਂ ਪੈਂਦਾ ਇਹਨਾਂ ਨੇ। ਅੱਗੇ ਕਿਹੜਾ 3,56,00,000 ਘੱਟ ਨੇ ਹਿੰਦੁਸਤਾਨ 'ਚ, 3,56,00,000 ਈਸਾਈ ਕਨਵਰਸ਼ਨ ਨਾਲ ਹੀ ਆਏ, ਉੱਥੇ ਜੰਮੇ ਤਾਂ ਕੋਈ ਨਹੀਂ, ਕਨਵਰਸ਼ਨ ਹੀ ਹੋਈ ਹੈ। ਤੁਸੀਂ ਜਿਹੜੇ ਸਿੱਖ ਹੋ ਤਾਂ 2,40,00,000 ਹੀ ਨੇ, ਬਾਬੇ ਨਾਨਕ ਤੋਂ ਲੈ ਕੇ ਹੁਣ ਤੱਕ 550 ਵਰੇ 2,40,00,000। ਇਹ 1857 ਤੋਂ ਬਾਅਦ 3,60,00,000 ਕੇ 65,00,000 ਨੇ। ਖਤਰਾ ਕੋਈ ਨਹੀਂ, ਇਸਲਾਮ ਨੂੰ ਵੀ ਕੋਈ ਖਤਰਾ ਨਹੀਂ।
ਨਾ ਸਲਾਂਗ, ਨਾ ਧਰਮ ਨੂੰ ਖਤਰਾ, ਨਾ ਪੰਥ ਨੂੰ, ਨਾ ਦੀਨ ਨੂੰ ਅਤੇ ਨਾ ਦੇਸ਼ ਨੂੰ। ਦੇਸ਼ ਨੂੰ ਬਿਲਕੁਲ ਕੋਈ ਖਤਰਾ ਨਹੀਂ। ਹਾਂ, ਜੇ ਖਤਰਾ ਹੈ ਤਾਂ ਸਾਡੇ ਦੇਸ਼ ਦੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਕਿਰਦਾਰ ਤੋਂ ਖਤਰਾ ਹੈ। ਪਤਾ ਨਹੀਂ ਕੀ ਕਰ ਦੇਣਾ ਇਹ, ਪੱਕੀ ਗੱਲ ਹੈ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਲੋਕ ਚੇਤਨਾ ਵੱਡੀ ਹੋਵੇ ਤਾਂ ਇਹ ਟਿਕ ਜਾਣਗੇ। ਤੁਸੀਂ ਲੜੋਗੇ ਇਲੈਕਸ਼ਨ? ਮੈਂ ਇਲੈਕਸ਼ਨ ਮੈਂ ਨਾ ਇੱਕ ਵਾਰੀ ਮੈਂ ਢੂਆ ਬਣਾਇਆ, ਮੈਂ ਦੂਜੀ ਵਾਰੀ ਗਧੇ ਦੀ ਸਵਾਰੀ ਨਹੀਂ ਕਰਦਾ। ਕੋਈ ਹੋ ਗਿਆ ਨਾ 6-7 ਸਾਲ। ਹਾਂ ਹਾਂ, ਗਧੇ ਦੀ ਸਵਾਰੀ, ਦੂਜੀ ਵਾਰੀ ਗਧੇ ਦੀ ਸਵਾਰੀ ਨਹੀਂ ਕਰਦਾ। ਬਹੁਤ ਧੰਨਵਾਦ ਸਮਾਂ ਦੇਣ ਵਾਸਤੇ। ਬਹੁਤ ਅੱਛੇ, ਜਾਂਦੇ ਰਹੋ।